ਨਾਲ ਮਿਊਨਿਸਪਲ ਜਲੀ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਇਮੀਗ੍ਰੇਸ਼ਨ ਲਾਅ ਦਾ ਪ੍ਰੋਗਰਾਮ ਲੈ ਕੇ ਅਤੇ ਮੇਰੇ ਨਾਲ ਆਪਣੇ ਇਕਬਾਲਦੀਪ ਸਿੰਘ ਭਾਜੀ ਤੁਹਾਡਾ ਸਵਾਗਤ ਕਰਦੇ ਹਾਂ ਸ਼ੋਅ ਦੇ ਵਿੱਚ ਥੈਂਕ ਯੂ ਫੋਰ ਕਮਿੰਗ ਅਗੇਨ ਆਪਾਂ ਨੂੰ ਦੋ ਵੀਕਲੀ ਪ੍ਰੋਗਰਾਮ ਹੈ ਲਾਸਟ ਦਾ ਵੀ ਤੁਹਾਨੂੰ ਦੱਸਿਆ ਸੀ ਨੈਕਸਟ ਪ੍ਰੋਗਰਾਮ ਹੈ ਔਨ ਦਾ 31st ਨਾ ਫੋਰਟਨਾਈਟਲੀ ਹਾਂ 31st ਨੂੰ ਲਾਈਨਾਂ ਬਾਰੇ ਤਾਂ ਵੀ ਖੋਲ੍ਹ ਦਿੱਤੀਆਂ ਬਿਕੋਜ ਮੈਂ ਬਹੁਤੀ ਗੱਲ ਨਹੀਂ ਕਰਨੀ ਮੈਂ ਥੋੜ੍ਹਾ ਜਿਹੜੇ ਮੈਨੂੰ ਮੈਸੇਜ ਆਏ ਆਪਣੇ ਕਈ ਲੋਕਾਂ ਦੇ ਕੁਛ ਸਵਾਲ ਪੁੱਛੇ ਮੈਂ ਪੁੱਛਾਂਗਾ ਇਨ ਦਾ ਮੀਨ ਟਾਈਮ ਤੁਸੀਂ ਪਲੀਜ਼ ਪਲੀਜ਼ ਅੱਧੇ ਘੰਟੇ ਦਾ ਪ੍ਰੋਗਰਾਮ ਕਾਲ ਕਰਕੇ ਜਿੱਦਾਂ ਦਾ ਸਵਾਲ ਜਵਾਬ ਇਕਬਾਲਦੀਪ ਨੂੰ ਪੁੱਛਣਾ ਪੁੱਛ ਸਕਦੇ ਹੋ ਟੈਲੀਫੋਨ ਨੰਬਰ 02008571 4271 ਦੀ ਇਮੀਗ੍ਰੇਸ਼ਨ ਲਾਅ ਬਾਕੀ ਹੋਰ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਲਾਅ ਦੇ ਮੁਤਾਬਿਕ ਕੋਈ ਤੁਸੀਂ ਗੱਲਬਾਤ ਕਰਨੀ ਹੈ ਤਾਂ ਗੱਲ ਕਰ ਸਕਦੇ ਹੋ ਪਰ ਮੈਂ ਜਾਸਤੀ ਮੇਰੇ ਪਾਸ ਜਿਹੜੇ ਕੁਐਸਚਨ ਵਗੈਰਾ ਆਏ ਨੇ ਇਸ ਜਾਸਤੀ ਇਮੀਗ੍ਰੇਸ਼ਨ ਲਾਅ ਬਾਰੇ ਆਏ ਨੇ ਕਾਫੀ ਲੋਕ ਆਉਣਾ ਚਾਹੁੰਦੇ ਨੇ ਮੈਂ ਗੱਲਬਾਤ ਕਰਾਂਗਾ ਤੁਸੀਂ ਸਾਰੇ ਸਮਝੋਗੇ ਕਾਲ ਕਰੋ ਐਨੀ ਟਾਈਮ ਅਤੇ ਮੇਰੀ ਗੱਲ ਦੀ ਫਿਕਰ ਨਾ ਕਰਿਓ ਵੀ ਕੈਨ ਮੋਸਟ ਇੰਪੋਰਟੈਂਟ ਇਜ਼ ਤੁਹਾਡੇ ਕਾਲ ਇਨ ਦਾ ਮੀਨ ਟਾਈਮ ਜਿਹੜੇ ਮੈਨੂੰ ਕੁਐਸਚਨ ਹੈ ਮੈਂ ਪੁੱਛ ਲੈਂਦਾ ਅਤੇ ਭਾਅ ਜੀ ਵੈਰੀ ਵੈਰੀ ਇੰਪੋਰਟੈਂਟ ਥੈਂਕ ਯੂ ਤੁਸੀਂ ਆਇਓ ਬਹੁਤ ਫਰਕ ਪੈਂਦਾ ਲੋਕਾਂ ਨੇ ਬਹੁਤ ਤਾਰੀਫ ਕੀਤੀ ਪ੍ਰੋਗਰਾਮ ਦੀ ਥੈਂਕ ਯੂ ਸਰ ਜਿਹੜਾ ਪਲੈਟਫਾਰਮ ਨਾ ਅਸੀਂ ਪਹਿਲਾਂ ਖਾਲੀ ਸੀਗਾ ਹਾਂਜੀ ਲੋਟ ਆਫ ਪੀਪਲ ਸਾਹਿਬ ਦੇਖੋ ਤੁਸੀਂ ਇਮੀਗ੍ਰੇਸ਼ਨ ਦਾ ਸ਼ੋਅ ਲੈ ਕੇ ਆਓ ਐਂਡ ਆਈ ਅਪਰੀਸ਼ੀਏਟ ਕਿ ਤੁਸੀਂ ਸਟਾਰਟ ਕੀਤਾ ਥੈਂਕ ਯੂ ਤੁਹਾਡਾ ਵੀ ਤੁਸੀਂ ਵੀ ਮੌਕਾ ਦਿੱਤਾ ਨਹੀਂ ਓਨੈਸਟ ਕਿਉਂਕਿ ਅਕਾਲ ਚੱਲ ਨੇ ਸਾਨੂੰ ਦੇਖੀ ਡਿਮਾਂਡ ਲੋਕਾਂ ਦੀ ਕੀ ਕਿੱਦਾਂ ਉਹਨਾਂ ਦੀ ਮਦਦ ਹੋ ਸਕੇ ਜੀ 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 ਇਹ ਵੇਕੈਂਟ ਸੀਗਾ ਪਲੈਟਫਾਰਮ ਇੱਕ ਤਰ੍ਹਾਂ ਦਾ ਤੁਸੀਂ ਫਿਲ ਕੀਤਾ ਆਮ ਸ਼ੋਰ ਤੁਸੀਂ ਫਾਇਦਾ ਉਠਾਓਗੇ ਸਾਰੇ ਜਿਹੜੇ ਘਰ ਬੈਠੇ ਹੋ ਤਾਂ ਪਲੀਜ਼ ਕੀਪ ਕਾਲਿੰਗ ਭਾਅ ਜੀ ਮੇਰੇ ਪਾਸ ਇੱਕ ਦੋ ਨਾ ਸਵਾਲ ਨੇ ਵੈਰੀ ਇੰਪੋਰਟੈਂਟ ਮੈਂ ਤੁਹਾਨੂੰ ਪੁੱਛਣਾ ਪਹਿਲਾਂ ਤਾਂ ਨਾ ਡੋਮੈਸਟਿਕ ਵਾਇਲੈਂਸ ਵੀ ਹੈ ਲੇਕਿਨ ਉਦੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਲੜਕੀ ਯੂਕੇ ਦੀ ਉਹਨਾਂ ਨੇ ਕਾਲ ਨਹੀਂ ਕਰਨਾ ਸੀਗਾ ਓਬਵੀਅਸਲੀ ਫੋਰ ਪਰਸਨਲ ਰੀਜ਼ਨਸ ਅਤੇ ਉਹ ਇੰਡੀਆ ਜਾ ਕੇ ਸ਼ਾਦੀ ਕਰਕੇ ਆਏ ਜਦੋਂ ਸ਼ਾਦੀ ਸ਼ਾਦੀ ਹੁੰਦੀ ਬੜੀ ਧੂਮ ਧਾਮ ਚੁੰਦੀ ਹੈ ਬੜਾ ਜੀ 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 ਟੱਬਰ ਟੁੱਬਰ ਮਿਲਦੇ ਫਿਰਦੇ ਕਿ ਚਲੋ ਰਿਸ਼ਤੇਦਾਰੀ ਹੋਈ ਹੈ ਵਿਦ ਇਨ ਸ਼ੋਰਟ ਟਾਈਮ ਜਦੋਂ ਵਿਆਹ ਕਰਕੇ ਇੱਥੇ ਆ ਗਈ ਅਤੇ ਉਹਨਾਂ ਦੇ ਬੱਚਾ ਹੋ ਗਿਆ ਇੱਕ ਹਾਂਜੀ ਹਾਂਜੀ ਅਤੇ ਉਦੋਂ ਬਾਅਦ ਜਿਹੜਾ ਆਦਮੀ ਸੀਗਾ ਇੰਡੀਆ ਤੋਂ ਲੈ ਕੇ ਆਈ ਉਹਨੇ ਜ਼ਰਾ ਸੀਰੀਜ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਆਈ ਡੋਨਟ ਨੋ ਵਾਈ ਅਤੇ ਉਹਦੇ ਵਿੱਚ ਇੰਨਾ ਵੀ ਹੋ ਗਿਆ ਕਿ ਵਾਇਲੈਂਸ ਵੀ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਸ਼ੁਰੂ ਹੋ ਗਈ ਹੁਣ ਕੁੜੀ ਨਹੀਂ ਚਾਹੁੰਦੀ ਕਿ ਮੈਨੂੰ ਰੱਖਣਾ ਚਾਹੁੰਦੀ ਆਪਣੇ ਆਦਮੀ ਨੂੰ ਜੇ ਇੱਦਾਂ ਦੀ ਗੱਲ ਹੈਗੀ ਉਹਨਾਂ ਦਾ ਜਿੱਦਾਂ ਤੁਸੀਂ ਕਿਹਾ ਬੱਚਾ ਵੀ ਹੈਗਾ ਆ ਅਤੇ ਜੇ ਉਹ ਨਹੀਂ ਰੱਖਣਾ ਚਾਹੁੰਦੀ ਹੈਗੀ ਪਰ ਉਹ ਆਪਣਾ ਉਹਨਾਂ ਨੂੰ ਇਨਫੋਰਮ ਕਰ ਸਕਦੇ ਹੈਗੇ ਵੀ ਉਹਨਾਂ ਦਾ ਮੈਰਿਜ ਬ੍ਰੇਕਡਾਊਨ ਹੋ ਗਿਆ ਪਰ ਕਿਉਂਕਿ ਇੱਥੇ ਬੱਚਾ ਵੀ ਇਨਵੋਲਵ ਹੈਗਾ ਅਤੇ ਇਹ ਡਿਪੈਂਡ ਕਰੂਗਾ ਵੀ ਉਹਦਾ ਜਿਹੜਾ ਫਾਦਰ ਜਿਹੜਾ ਹੈਗਾ ਉਹਦੀ ਲਾਈਫ ਜਿਹੜੀ ਬੱਚੇ ਦੀ ਲਾਈਫ ਦੇ ਵਿੱਚ ਕੀ ਇਨਵੋਲਵਮੈਂਟ ਹੈਗੀ ਆ ਅਤੇ ਜੇ ਉਹਦੀ ਦੇ ਫਾਦਰ ਦੀ ਆਪਣਾ ਐਕਟਿਵ ਅਪਬ੍ਰਿੰਗਿੰਗ ਹੈਗੀ ਹੈ ਬੱਚੇ ਦੀ ਲਾਈਫ ਦੇ ਵਿੱਚ ਅਤੇ ਫਿਰ ਉਹ ਫਾਦਰ ਜਿਹੜਾ ਫਾਦਰ ਹੈਗਾ ਉਹ ਓਬਵੀਅਸਲੀ ਬੱਚੇ ਦੇ ਬੇਸ 'ਤੇ ਵੀ ਆਪਣੇ ਇੱਥੇ ਆਪਣੇ ਆਪ ਨੂੰ ਇੱਥੇ ਰੱਖਣ ਦੀ ਬੇਸ਼ੱਕ ਮਾਂ ਚਾਹੁੰਦੀ ਹੋਵੇ ਕਿ ਮੈਂ ਨਹੀਂ ਉਹਨੂੰ ਵਾਪਸ ਪਏ ਕਿਉਂਕਿ ਜਦੋਂ ਇੱਦਾਂ ਦੀ ਚੀਜ਼ ਹੁੰਦੀ ਹੈ ਬਿਟਨੈਸ ਹੋ ਜਾਂਦੀ ਹੈ ਉਹ ਇੱਕ ਦੂਜੇ ਨੂੰ ਡੈਮੇਜ ਪਹੁੰਚਾਉਣਾ ਹੈ ਜੀ ਅਤੇ ਉਹਦਾ ਡੈਮੇਜ ਇਹੀ ਹੋ ਗਿਆ ਕਿ ਮੈਂ ਉਹਨੂੰ ਵਾਪਸ ਪਹੁੰਚਾਵਾਂ ਇੰਡੀਆ ਜੀ ਉਹ ਕਰ ਸਕਦੇ ਜਿੱਦਾਂ ਵੀ ਉਹ ਜੇ ਉਹ ਕਰਨਾ ਚਾਹੋ ਪਰ ਫਿਰ ਵੀ ਜੇ ਜਿੱਦਾਂ ਜੇ ਬੱਚੇ ਦੀ ਲਾਈਫ ਦੇ ਵਿੱਚ ਫਾਦਰ ਦੀ ਐਕਟਿਵ ਇਨਵੋਲਵਮੈਂਟ ਹੈਗੀ ਹੈ ਐਜ਼ ਆਈ ਸੈਡ ਅਤੇ ਫਿਰ ਉਹ ਬੱਚੇ ਦੇ ਬੇਸ ਦੇ ਉੱਤੇ ਵੀ ਜਿੱਦਾਂ ਬੱਚੇ ਦੇ ਐਕਸੈਸ ਰਾਈਟਸ ਦੇ ਉੱਤੇ ਵੀ ਕੰਟਰੈਕਟ ਆਰਡਰਸ ਦੇ ਉੱਤੇ ਵੀ ਆਪਣਾ ਆਪਣਾ ਉਹਦਾ ਫਾਦਰ ਹੈਗਾ ਜਿਹੜਾ ਕਿ ਇੰਡੀਆ ਤੋਂ ਆਇਆ ਹੈਗਾ ਉਹ ਇੱਥੇ ਅਪਲਾਈ ਕਰ ਸਕਦਾ ਹੈਗਾ ਪਰ ਹਾਂ ਪਰ ਉਹਨੂੰ ਪਰ ਜੇ ਉਹਦੀ ਐਕਟਿਵ ਇਨਵੋਲਵਮੈਂਟ ਨਹੀਂ ਕੋਈ ਹੈਗੀ ਬੱਚੇ ਦੇ ਲਾਈਫ ਦੇ ਵਿੱਚ ਅਤੇ ਫਿਰ ਉਹਦੇ ਲਈ ਬਹੁਤ ਡਿਫੀਕਲਟ ਹੋਊਗਾ ਇੱਥੇ ਜੇ ਉਹ ਇਨਫੋਰਮ ਕਰ ਦਿੱਤੇ ਮੈਰਿਜ ਬ੍ਰੇਕਡਾਊਨ ਹੋ ਗਈ ਹੈ ਅਤੇ ਫਿਰ ਇੱਕ ਨਾ ਨੈਗੇਟਿਵ ਪੁਆਇੰਟ ਹੈਗਾ ਉਹ ਬਹੁਤ ਕਲੀਅਰ ਨਹੀਂ ਲਿਖਿਆ ਉਹਨਾਂ ਨੇ ਵਿਆਹ ਨੂੰ ਇੱਥੇ ਜਦੋਂ ਆਏ ਬਹੁਤੀ ਦੇਰ ਨਹੀਂ ਬਿਕੋਜ਼ ਸਾਲ ਡੇਢ ਸਵਾ ਸਾਲ ਦੇ ਵਿੱਚ ਉਹਨਾਂ ਦਾ ਬੱਚਾ ਹੋ ਗਿਆ ਤਾਂ ਮੇ ਬੀ ਟੋਟਲ 2 ਸਾਲ ਹੋਏ ਨੇ ਜੀ ਅਤੇ ਉਹ ਜੇ ਤੁਸੀਂ ਟਾਈਮ ਲਿਮਿਟ ਦੇਖਦੇ ਤਾਂ ਉਹਦਾ ਫਿਰ ਕੇਸ ਵੀਕ ਹੋ ਜਾਂਦਾ ਆਦਮੀ ਦਾ ਟਾਈਮ ਲਿਮਿਟ ਦਾ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਜੇ ਤੁਹਾਡਾ ਜਿਹਦਾ ਕੋਈ ਚਾਈਲਡ ਹੈਗਾ ਇਨਵੋਲਵ ਫੈਮਿਲੀ ਦਾ ਬੱਚਾ ਜੇ ਹੈਗਾ ਟਾਈਮ ਲਿਮਿਟ ਦਾ ਇਹਦੇ ਨਾਲ ਕੋਈ ਫਰਕ ਨਹੀਂ ਹੈਗਾ ਉਹਦੇ ਵਿੱਚ ਅੱਛਾ ਉਹ ਨਹੀਂ ਹੈਗਾ ਨਾ ਸੋ ਬੇਸਿਕਲੀ ਜੇ ਉਹ ਪ੍ਰੂਵ ਕਰ ਦੇਵੇ ਕਿ ਮੈਂ ਫਾਈਨੈਂਸ਼ਲੀ ਜਾਂ ਤਰੀਕੇ ਨਾਲ ਹੈਲਪ ਕਰਦਾ ਬੱਚੇ ਨੂੰ ਜੀ ਉਹਦਾ ਕੇਸ ਸਟਰੋਂਗ ਹੋ ਜਾਂਦਾ ਜੀ ਹਾਂ ਜੀ ਪਰ ਜੇ ਕਈ ਇੱਦਾਂ ਦੇ ਵੀ ਕੇਸਿਸ ਹੈਗੇ ਜਿਹਦੇ ਵਿੱਚ ਬੱਚੇ ਦੀ ਲਾਈਫ ਦੇ ਵਿੱਚ ਇਨਵੋਲਵਮੈਂਟ ਨਹੀਂ ਕੋਈ ਹੈਗੀ ਫਾਦਰ ਦੀ ਉਹਦੇ ਵਿੱਚ ਫਿਰ ਡਿਫੀਕਲਟ ਹੋ ਜਾਂਦਾ ਫਿਰ ਇੱਦਾਂ ਦੇ ਕੇਸਿਸ ਤਾਂ ਤੁਹਾਨੂੰ ਪਤਾ ਹੋਏਗਾ ਦੋਨੋਂ ਪਾਰਟੀ ਉਹ ਕੋਸ਼ਿਸ਼ ਕਰਨਗੇ ਕਿ ਨਹੀਂ ਇਨਵੋਲਵਮੈਂਟ ਹੈਗੀ ਉਹ ਸ਼ੋ ਕਰੇਗਾ ਕਿ ਮੇਰੀ ਹੈਗੀ ਹਾਂਜੀ ਫਿਰ ਜਿਹੜੇ ਫੈਮਿਲੀ ਕੋਰਟਸ ਹੈਗੀਆਂ ਫਿਰ ਉਹ ਡਿਸਾਈਡ ਕਰੋਗੇ ਵੀ ਕਿ ਪੇਰੈਂਟਲ ਰਿਲੇਸ਼ਨਸ਼ਿਪ ਤੇ ਓਬਵੀਅਸਲੀ ਹੈਗਾ ਹੀ ਹੈਗਾ ਕਿਉਂਕਿ ਬਾਇਓਲੋਜੀਕਲ ਫਾਦਰ ਆ ਪਰ ਉਹਦੀ ਐਕਟਿਵ ਅਪਬ੍ਰਿੰਗਿੰਗ ਹੈਗੀ ਕਿ ਨਹੀਂ ਹੈਗੀ ਦੈਟਸ ਸਮਥਿੰਗ ਇਮੀਗ੍ਰੇਸ਼ਨ ਨੂੰ ਡਿਸਾਈਡ ਕਰਨਾ ਪਊਗਾ ਫਿਰ ਪਰ ਯੂ ਨੋ ਇੱਦਾਂ ਦੇ ਇਕਬਾਲ ਜੀ ਤੁਸੀਂ ਐਗਰੀ ਕਰਦੇ ਹੋ ਕਿ ਇੱਦਾਂ ਦੇ ਕੇਸਿਸ ਕਾਫੀ ਆ ਰਹੇ ਨੇ ਹੁਣ ਕਾਫੀ ਅੱਜ ਕੱਲ੍ਹ ਹੁੰਦਾ ਇੱਦਾਂ ਸਾਡੇ ਕੋਲ ਆਉਂਦੇ ਹੈਗੇ ਕੇਸ ਇੱਦਾਂ ਦੇ ਜਿਹਦੇ ਵਿੱਚ ਲੋਕਾਂ ਨੂੰ ਪ੍ਰੋਬਲਮਸ ਹੈਗੀਆਂ ਇਹ ਵਾਲੀਆਂ ਵੀ ਵਿਆਹ ਹੋ ਗਿਆ ਜਿਹੜੀ ਤੁਹਾਡੀ ਮੈਰਿਜ ਤੁਹਾਡੀ ਬ੍ਰੇਕਡਾਊਨ ਹੋ ਗਈ ਪਰ ਉੱਥੇ ਬੱਚਾ ਇਨਵੋਲਵ ਹੁੰਦਾ
ਫਿਰ ਜੇ ਬੱਚਾ ਨਾ ਇਨਵੋਲਵ ਹੋਵੇ ਤਾਂ ਚਲੋ ਫਿਰ ਤਾਂ ਡਿਫੀਕਲਟ ਹੋ ਜਾਂਦਾ, ਪਰ ਜੇ ਬੱਚਾ ਇਨਵੋਲਵ ਹੋਵੇ ਤਾਂ ਫਿਰ ਤੁਹਾਡੀ ਸਿਚੁਏਸ਼ਨ ਡਿਫਰੈਂਟ ਹੈਗੀ, ਫਿਰ ਉਹਦੇ ਵਾਸਤੇ ਡਿਫਰੈਂਟ ਡਿਫਰੈਂਟ ਰੂਲਸ ਵੀ ਬਣੇ ਹੋਏ ਹੈਗੇ ਇਮੀਗ੍ਰੇਸ਼ਨ ਰੂਲਸ ਦੇ ਵਿੱਚ, ਪ੍ਰੋਵੀਜ਼ਨਸ ਹੈਗੀਆਂ ਜਿੱਥੇ ਐਕਸੈਸ ਰਾਈਟਸ ਹੋਣ ਬੱਚੇ ਦੇ, ਅਤੇ ਫਿਰ ਉੱਥੇ ਤੁਸੀਂ ਉਸ ਬੇਸਿਸ ਉੱਤੇ ਯੂ ਕੈਨ ਸਟਿਲ ਅਪਲਾਈ। ਆਈ ਥਿੰਕ ਜ਼ਿਆਦਾ ਡਿਪੈਂਡ ਕਰਦਾ ਕਿ ਆਦਰ ਪਾਰਟੀ ਕੀ ਪਰੂਫ ਲੈ ਕੇ ਆਉਂਦੀ ਹੈ, ਵਿਟਨੈਸਸ ਵਗੈਰਾ ਵਟਐਵਰ। ਬੇਸਿਕਲੀ ਉਹ ਜਿਹੜਾ ਕੋਰਟ ਦਾ ਡਾਕੂਮੈਂਟ ਹੁੰਦਾ, ਫਿਰ ਉਹ ਜਿਹੜੇ ਕੋਰਟ ਆਰਡਰ ਜਿਹੜੇ ਹੁੰਦੇ ਆ ਫੈਮਿਲੀ ਕੋਰਟਸ ਦੇ, ਉਹ ਕਿਹੜੇ ਕਿਹੜੇ ਰਾਈਟਸ ਮਿਲੇ ਹੈਗੇ ਫੈਮਿਲੀ ਕੋਰਟਸ ਦੇ ਥਰੂ, ਉਹਦੇ ਉੱਤੇ ਜ਼ਿਆਦਾ ਡਿਪੈਂਡ ਕਰਦਾ ਹੈਗਾ ਵੀ ਕਿੱਦਾਂ ਉਹਨੂੰ ਕੰਟੈਕਟ ਕਿੰਨਾ ਹੈਗਾ, ਕੰਟੈਕਟ ਇਨਕਰੀਜ਼ ਹੋਇਆ ਕਿ ਡਿਕਰੀਜ਼ ਹੋਇਆ। ਇਟ ਡਿਪੈਂਡਸ ਔਨ ਕਿ ਕੀ ਉਹਦੇ ਵਿੱਚ ਜਿਹੜਾ ਫੈਮਿਲੀ ਰੂਲਸ ਫੈਮਿਲੀ ਕੋਰਟਸ ਦੇ ਵਿੱਚ ਕੀ ਪ੍ਰੋਵੀਜ਼ਨਸ ਹੈਗੀਆਂ, ਫੈਮਿਲੀ ਲਾਅ ਦੇ ਵਿੱਚ ਜਿਹੜੀ ਫੈਮਿਲੀ ਕੋਰਟਸ ਦੇ ਵਿੱਚ ਕੀ ਆਰਡਰ ਮਿਲਿਆ ਹੈਗਾ ਫਾਦਰ ਨੂੰ, ਜਿਹੜਾ ਸੈਪਰੇਟਡ ਜਿਹੜਾ ਪੇਰੈਂਟ ਹੈਗਾ ਉਹਦੇ ਵਾਸਤੇ ਕੀ ਪ੍ਰੋਵੀਜ਼ਨਸ ਹੈਗੀਆਂ ਆਰਡਰ ਦੇ ਵਿੱਚ ਕੀ ਹੈਗਾ, ਉਹਦੇ ਬੇਸਿਸ ਉੱਤੇ ਫਿਰ ਉਹ ਡਿਸਾਈਡ ਕਰਦੇ ਆ ਵੀ ਇਹ ਡਾਇਰੈਕਟ ਐਕਸੈਸ ਹੈਗਾ ਕਿ ਨਹੀਂ ਹੈਗਾ ਬੱਚੇ ਦੇ ਨਾਲ। ਜੇ ਹੈਗਾ ਤਾਂ ਫਿਰ ਉਸ ਪੀਸ 'ਤੇ, ਇਟਸ ਵੈਰੀ ਕੰਪਲੀਕੇਟਡ ਏਰੀਆ, ਇਟਸ ਕਾਫੀ ਕੰਪਲੀਕੇਟਡ ਹੈ, ਇਹਦੇ ਵਿੱਚ ਇਹ ਡਿਪੈਂਡ ਕਰਦਾ ਵੇ ਕੇਸ ਟੂ ਕੇਸ। ਪਰ ਅਸੀਂ ਦੇਖੋ ਕੋਸ਼ਿਸ਼ ਕਰਦੇ ਹਾਂ ਬੜੇ ਟ੍ਰਿਕੀ ਟ੍ਰਿਕੀ ਜਿਹੜੇ ਕੁਐਸਚਨ ਹੈਗੇ ਨੇ, ਜਿਹੜੇ ਤੁਸੀਂ ਲੋਕ ਸਾਨੂੰ ਰਿੰਗ ਕਰਦੇ ਹੋ ਫੋਰ ਪਰਸਨਲ ਰੀਜ਼ਨ, ਉਹਨਾਂ ਨੇ ਕਾਲ 'ਤੇ ਨਹੀਂ ਸੀ ਆਉਣਾ, ਅਸੀਂ ਤੁਹਾਡਾ ਜਿਹੜਾ ਟੈਲੀਫੋਨ ਨੰਬਰ ਵਕੀਲ ਸਾਹਿਬ ਨੂੰ ਦੇ ਦਾਂਗੇ, ਵਨ ਟੂ ਵਨ ਕੰਸਲਟੇਸ਼ਨ ਕਰਕੇ ਤੁਸੀਂ ਇਨ ਡਿਟੇਲ ਗੱਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਤੁਹਾਨੂੰ ਰਿਲੇਟਿਡ ਐਨੀ ਲਾਅ ਸਪੈਸ਼ਲੀ ਇਮੀਗ੍ਰੇਸ਼ਨ ਦਾ ਹੈਗਾ, ਪਲੀਜ਼ ਕਾਲ ਕਰੋ 0208-571-4279। ਕਿਸੇ ਵੀ ਤਰ੍ਹਾਂ ਦਾ ਸਵਾਲ ਜਵਾਬ ਤੁਸੀਂ ਪੁੱਛਣਾ ਚਾਹੁੰਦੇ ਹੋ, ਕਾਲ ਕਰੋ, ਵੀ ਆਰ ਵੇਟਿੰਗ ਫੋਰ ਯੂਰ ਕਾਲ। ਸਿਮਿਲਰ ਚੀਜ਼ ਇੱਕ ਹੋਰ ਹੈਗੀ ਹੈ, ਥੋੜ੍ਹਾ ਜਿਹਾ ਸਲਾਲੀ ਇੰਡੀਆ ਦਾ ਆਪਾਂ ਕੰਸਰਨ ਹੁੰਦਾ, ਕੋਈ ਸਟੂਡੈਂਟ ਦਾ ਇੰਡੀਆ ਤੋਂ ਆ ਰਿਹਾ ਸੀ ਸਟੂਡੈਂਟ ਵੀਜ਼ੇ 'ਤੇ, ਅਤੇ ਉਹਦੇ ਜਦੋਂ ਆਇਆ ਅਤੇ ਉਹਨੇ ਕਾਲਜ 'ਤੇ ਐਡਮਿਸ਼ਨ ਲਿੱਤੀ, ਪਰ ਉਹਨੇ ਕੀ ਹੁੰਦਾ ਇੰਗਲਿਸ਼ ਦਾ ਟੈਸਟ ਨਹੀਂ ਦਿੱਤਾ ਸੀਗਾ ਇੰਡੀਆ ਦੇ ਵਿੱਚ, ਸਪੈਸ਼ਲ ਵਰਡ ਫੋਰ ਹਾਂਜੀ ਹਾਂਜੀ ਵਿਦਆਊਟ ਆਈਲੈਟਸ ਉਹਨੂੰ, ਹਾਂ, ਅਤੇ ਉੱਥੋਂ ਉਹਨੂੰ ਗ੍ਰਾਂਟ ਹੋ ਗਿਆ ਸਾਰਾ ਜਦੋਂ ਇੱਥੇ ਏਅਰਪੋਰਟ 'ਤੇ ਉਤਰਿਆ। ਐਂਡ ਯੂ ਨੋ ਦੀਸ ਆਰ ਵੈਰੀ ਲੇਟੈਸਟ ਕੇਸਿਸ ਆ ਰਹੇ ਨੇ, ਅਤੇ ਮੈਂ ਤਾਂ ਹੀ ਤੁਹਾਡੇ ਨਾਲ ਡਿਸਕਸ ਕਰਦਾ, ਦੇ ਆਰ ਵੈਰੀ ਇੰਪੋਰਟੈਂਟ। ਕੋਈ ਇੱਦਾਂ ਦਾ ਤੁਸੀਂ ਕੰਮ ਕਰਦੇ ਚੀਜ਼ਾਂ 'ਤੇ ਧਿਆਨ ਦੇਵੋ ਤਾਂ ਕਿ ਤੁਹਾਡਾ ਕੋਈ ਵੀ ਪੈਸਾ ਜ਼ਾਇਆ ਨਾ ਹੋਵੇ, ਕਿੱਦਾਂ ਲੱਖਾਂ ਦਾ ਪੈਸਾ ਤੁਸੀਂ ਖਰਚ ਕਰਕੇ ਆਉਂਦੇ ਹੋ। ਇਹਦੀ ਆਪਾਂ ਕਾਲਜ ਦੀ ਫੀਸ ਦੀ ਵੀ ਗੱਲ ਕਰਾਂਗੇ, ਅੱਜ ਕੱਲ੍ਹ ਬਹੁਤ ਮਹਿੰਗੀ ਹੈ ਵੈਸੇ। ਜਿਹੜੀ ਕਾਲਜ ਦੀਆਂ ਫੀਸਾਂ ਹੈਗੀਆਂ ਉਹਨਾਂ ਨੇ ਕਾਫੀ ਪਹਿਲੇ ਬੈਕ ਇਨ ਡੇਜ਼ ਉਹ 9,000 ਦੇ 10,000 ਦੇ ਆਸ ਪਾਸ 8,500, ਹੁਣ ਉਹ ਇਨਕਰੀਜ਼ ਹੋ ਕੇ 13,000-14,000 ਤੱਕ ਪਹੁੰਚੀ ਹੈਗੀਆਂ, ਹੁਣ ਤੇ ਕਾਫੀ ਇਨਕਰੀਜ਼ ਹੋਈ ਹੈਗੀ ਆ ਇਹ ਕਾਲਜ ਯੂਨੀਵਰਸਿਟੀਜ਼ ਦੀਆਂ ਫੀਸਿਸ ਵਗੈਰਾ। ਇਹ ਤੇ ਆਏ ਜਿੱਦਾਂ ਹੌਲੀ ਹੌਲੀ ਕਰਕੇ ਉਹ ਇਜਾਫਾ ਕਰਦੇ ਰਹਿੰਦੇ ਹੈਗੇ ਹੌਲੀ ਹੌਲੀ ਕਰਕੇ ਉਹਦੇ ਵਿੱਚ। ਇਹ ਤੇ ਯੂਨੀਵਰਸਿਟੀ ਦੇ ਉੱਤੇ ਤੇ ਗਵਰਨਮੈਂਟ ਦੇ ਉੱਤੇ ਹੁੰਦਾ ਵੀ ਕਿਹੜਾ ਫੀਸ ਸਟ੍ਰਕਚਰ ਸੈੱਟ ਕਰਨਾ ਉਹਨਾਂ ਨੇ। ਦੇਖੋ 13-14 ਲੱਖ ਬਰਬਾਦ ਨਾ ਕਰੋ, ਪ੍ਰੋਗਰਾਮ ਦੇਖੋ, ਐਡਵਾਈਸ ਲਵੋ, ਕਿ ਤੁਹਾਡਾ ਆਪਣਾ ਨਹੀਂ ਕੋਈ ਹੈਗਾ, ਕੋਈ ਰਿਸ਼ਤੇਦਾਰ ਦਾ ਹੁੰਦਾ, ਕਿਸੇ ਦੀ ਮਦਦ ਹੋਏਗੀ ਤੇ ਬਹੁਤ। ਅਕਾਲ ਚਲਣੇ ਦੀ ਆਹੀ ਹੁੰਦੀ ਹੈ ਮਕਸਦ ਕਿ ਤੁਹਾਡਾ ਫਾਇਦਾ ਹੋ ਸਕੇ, ਦਿਸ ਇਜ਼ ਵਾਈ ਵੀ ਬ੍ਰਿੰਗ ਸੱਚ ਪ੍ਰੋਗਰਾਮਸ। ਹੁਣ ਉਹ ਬੰਦਾ ਨਾ ਜਦੋਂ ਇੱਥੇ ਏਅਰਪੋਰਟ 'ਤੇ ਉਤਰਿਆ ਸਟੂਡੈਂਟ, ਇਮੀਗ੍ਰੇਸ਼ਨ ਨਾਲ ਗੱਲਬਾਤ ਕੀਤੀ, ਉਹਨੂੰ ਇੰਗਲਿਸ਼ ਆਉਂਦੀ ਨਹੀਂ ਸੀ ਅੱਛੀ ਤਰ੍ਹਾਂ, ਅਤੇ ਉਹਨਾਂ ਨੇ ਫਿਰ ਕਾਲਜ ਨੂੰ ਰਿੰਗ ਕੀਤਾ ਜਿਹੜੇ ਕਾਲਜ ਉਹਨੇ ਜਾਣਾ ਸੀਗਾ, ਐਂਡ ਉਹਨਾਂ ਨੇ ਐਕਸਪਲੇਨ ਕੀਤਾ, ਅਤੇ ਉਹਨਾਂ ਨੇ ਨਾ ਇੱਕਦਮ ਕਾਲਜ ਨੇ ਨਾ ਕਰ ਦਿੱਤੀ, ਜੇ ਇਹ ਗੱਲ ਹੈਗੀ ਤਾਂ ਅਸੀਂ ਇਹਨੂੰ ਐਡਮਿਸ਼ਨ ਨਹੀਂ ਦਿੰਦੇ। ਬੇਸਿਕਲੀ ਕੀ ਹੈਗਾ ਵੀ ਜੋ ਤੁਸੀਂ ਇੰਡੀਆ ਤੋਂ ਵੀਜ਼ਾ ਲੈਂਦੇ ਹੈਗੇ ਉੱਥੇ ਡਾਕੂਮੈਂਟੇਸ਼ਨ ਜਿਹੜੀ ਰੈਡੀ ਹੁੰਦੀ ਹੈਗੀ ਆ ਉਹਦੇ ਬੇਸਿਸ ਉੱਤੇ ਤੁਹਾਨੂੰ ਜਿਹੜੀ ਯੂਨੀਵਰਸਿਟੀ ਹੈਗੀ ਤੁਹਾਨੂੰ ਵਿਦਆਊਟ IELTS ਵੀ ਤੁਹਾਨੂੰ ਤੁਹਾਡੀ ਇੰਗਲਿਸ਼ ਲੈਂਗੁਏਜ ਅਸੈਸਮੈਂਟ ਕਰ ਸਕਦੀ ਹੈ। ਪਰ ਉਹ ਉੱਥੇ ਤੁਸੀਂ ਬੈਠੇ ਹੈਗੇ, ਤੁਸੀਂ ਕਿੱਦਾਂ ਉਹਨਾਂ ਨੂੰ ਡਾਕੂਮੈਂਟੇਸ਼ਨ ਪ੍ਰੋਡਿਊਸ ਕਰਦੇ ਹੋਗੇ ਔਨ ਦਾ ਬੇਸਿਸ ਆਫ ਦੈਟ, ਜੇ ਉਹਨਾਂ ਨੇ ਉਹਨਾਂ ਨੂੰ ਦਿੱਤੀ ਹੈਗੀ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਦੀ ਰਿਕੁਆਇਰਮੈਂਟ ਇੰਗਲਿਸ਼ ਦੀ ਖਤਮ ਹੋ ਗਈ। ਤੁਹਾਨੂੰ ਤੁਹਾਡੀ ਕੰਪੀਟੈਂਸੀ ਜਿਹੜੀ ਇੰਗਲਿਸ਼ ਦੇ ਵਿੱਚ ਬੜੀ ਇੰਪੋਰਟੈਂਟ ਆ, ਕਿਉਂਕਿ ਤੁਸੀਂ ਤੁਹਾਡੀ ਸਾਰੀ ਪੜ੍ਹਾਈ ਇੱਥੇ ਹੋਣੀ ਆ ਕੇ, ਜਿੱਦਾਂ ਤੁਸੀਂ ਗੱਲ ਕਰਦੇ ਪਏ ਇੱਥੇ ਏਅਰਪੋਰਟ 'ਤੇ ਆਏ ਅਤੇ ਉਹਨੂੰ ਉਹਨਾਂ ਨੇ ਸਵਾਲ ਪੁੱਛੇ ਉਹਦੇ ਕੋਲ ਨਹੀਂ ਹੋਏ ਸਵਾਲ 'ਤੇ, ਯੈਸ ਇੱਦਾਂ ਦੇ ਕੇਸ ਕਾਫੀ ਹੁੰਦੇ ਆ ਵੀ ਜਿਹੜੇ ਇਮੀਗ੍ਰੇਸ਼ਨ ਆਫਿਸਰ ਵੀ ਹੈਗੇ ਉਹਨਾਂ ਕੋਲ ਪੂਰੀ ਪਾਵਰ ਹੈਗੀ ਉੱਥੇ ਉਹ ਬੰਦੇ ਨੂੰ ਪੂਰਾ ਅਸੈਸਮੈਂਟ ਕਰ ਸਕਦੇ ਵੀ ਇਹਦੀ ਕੰਪੈਟੀਬਿਲਟੀ ਹੈਗੀ ਕਿ ਨਹੀਂ ਹੈਗੀ, ਕਿਉਂਕਿ ਸਾਰੇ ਮੋਡਿਊਲਸ ਇੰਗਲਿਸ਼ ਦੇ ਵਿੱਚ ਹੋਣੇ ਆ। ਅਤੇ ਤੁਸੀਂ ਹੁਣ ਮੈਨੂੰ ਦੱਸਿਆ ਵੀ ਯੂਨੀਵਰਸਿਟੀ ਨੇ ਜਿੱਦਾਂ ਆਪਣੇ ਆਪ ਨੂੰ ਵਿਦਡਰਾਅ ਕਰ ਲਿਆ, ਇਹਨਾਂ ਹਾਲਾਤਾਂ ਦੇ ਵਿੱਚ ਉਹਦਾ ਜਿਹੜੀ ਲੀਵ ਟੂ ਐਂਟਰ ਜਿਹੜੀ ਉਹਨੂੰ ਉੱਥੋਂ ਮਿਲੀ ਸੀਗੀ ਉਹਦੇ ਸਰਕਮਸਟਾਂਸਿਸ ਚੇਂਜ ਹੋ ਗਿਆ, ਉਹਨਾਂ ਦੀ ਲੀਵ ਟੂ ਐਂਟਰ ਜੇ ਉਹਨਾਂ ਨੇ ਕੈਂਸਲ ਕੀਤੀ ਹੈਗੀ ਤਾਂ ਬਾਏ ਲਾਅ ਕਰ ਸਕਦੇ ਹੈਗੇ ਜੀ। ਜੇ ਜਿਹੜਾ ਟੀਅਰ 4 ਸਪੋਂਸਰ ਹੈਗੇ ਉਹ ਕਿਸੇ ਵੇਲੇ ਵੀ ਆਪਣੀ ਸਪੋਂਸਰਸ਼ਿਪ ਵਿਦਡਰਾਅ ਕਰ ਸਕਦੇ ਔਨ ਦਾ ਬੇਸਿਸ ਆਫ ਐਨੀਥਿੰਗ। ਇੱਥੇ ਜਿੱਦਾਂ ਤੁਸੀਂ ਇੰਗਲਿਸ਼ ਦੀ ਲੈਂਗੁਏਜ ਦੀ ਗੱਲ ਕੀਤੀ ਹੈਗੀ ਹੈ, ਯੈਸ ਇੰਗਲਿਸ਼ ਜਿਹੜੀ ਰਿਕੁਆਇਰਮੈਂਟ ਹੈਗੀ ਉਹ ਬਹੁਤ ਇੰਪੋਰਟੈਂਟ ਆ, ਉਹਦੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਅਤੇ ਮੇਰੀ ਐਡਵਾਈਸ ਜਿਹੜੀ ਸਭ ਨੂੰ ਇਹੀ ਹੈ ਵੀ ਕੋਸ਼ਿਸ਼ ਕਰੋ ਵੀ IELTS ਕਰਕੇ ਫਿਰ ਆਪਣੀ ਐਡਮਿਸ਼ਨ ਵਗੈਰਾ ਲਓ, ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਜੇ ਤੁਸੀਂ ਵਿਦਆਊਟ IELTS ਕਰਦੇ ਹੈਗੇ ਆ ਉਹਦੇ ਵਾਸਤੇ ਤੁਹਾਡੇ ਜਿਹੜੇ ਜੇ ਤੁਸੀਂ ਪਲੱਸ 2 ਕੀਤੀ ਜਿਹੜੀ ਹੈਗੀ ਇੰਡੀਆ ਦੇ ਵਿੱਚ ਉਹਦੇ ਵਿੱਚ 70% ਨੰਬਰ ਚਾਹੀਦੇ ਹੈਗੇ ਆ, ਉਹ ਪਲੱਸ ਉਹ CBSE ਬੋਰਡ ਦੀ ਹੋਣੀ ਚਾਹੀਦੀ ਹੈਗੀ ਆ, ਇੱਦਾਂ ਉਹ ਅਸੈਸਮੈਂਟ ਕਰਦੇ ਹੈਗੇ ਆ। ਪਰ ਜੇ ਤੁਹਾਡੀ CBSE ਬੋਰਡ ਨਹੀਂ ਹੈਗੀ ਅਤੇ ਤੁਸੀਂ ਪੰਜਾਬੀ ਮੀਡੀਅਮ ਦੇ ਵਿੱਚ ਐਜੂਕੇਸ਼ਨ ਲਿੱਤੀ ਹੈਗੀ ਆ,
ਉਹਨਾਂ ਬੇਸਿਸ ਦੇ ਉੱਤੇ ਫਿਰ ਤੁਹਾਨੂੰ ਬੈਟਰ ਇਹੀ ਹੈ ਵੀ ਤੁਸੀਂ ਆਪਣੀ ਆਈਲੈਟਸ ਦੀ ਟ੍ਰੇਨਿੰਗ ਕਰਕੇ ਪੂਰੀ ਆਪਣੀ ਆਈਲੈਟਸ ਕਰਕੇ ਅਤੇ ਫਿਰ ਤੁਸੀਂ ਐਡਮਿਸ਼ਨ ਲਓ ਉੱਥੇ। ਇਹ ਇਹਦੇ 'ਤੇ ਮਿਸਗਾਈਡ ਕੀਤਾ ਗਿਆ ਉਹਨੂੰ, ਕਿਉਂਕਿ ਜਦੋਂ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਵਿਦਾਊਟ ਟੈਸਟ ਦੇ ਕੇ ਇੰਗਲਿਸ਼ ਨਾਲ ਕਰਕੇ ਵੀਜ਼ਾ ਲੈ ਕੇ ਆ ਜਾਂਦੇ। ਅਤੇ ਮਿਸਗਾਈਡ ਐਜ਼ ਇਨ ਜਿਹੜੀ ਯੂਨੀਵਰਸਿਟੀ ਹੈਗੀ, ਜੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਅਸੈਸਮੈਂਟ ਕੀਤੀ ਹੈਗੀ, ਵੀ ਕਾਂਟ ਸਟੋਪ ਦੈਮ, ਦੇ ਹੈਵ ਦਿਸ ਕਾਲ, ਦੇ ਡੂ ਹੈਵ ਪਾਵਰ ਟੂ ਡੂ ਦੈਟ, ਵੀ ਉਹਨਾਂ ਨੇ ਪਰ ਜੇ ਇੱਥੇ ਆ ਕੇ ਜੇ ਉਹਦੀ ਕੰਪੈਟੀਬਿਲਟੀ, ਜੇ ਉਹਦੀ ਕੰਪੀਟੈਂਸੀ ਜੇ ਨਹੀਂ ਉਹਦੀ ਹੋਈ, ਤਾਂ ਓਬਵੀਅਸਲੀ ਦੇ ਆਰ ਇੰਟਾਈਟਲਡ ਟੂ ਈਵਨ ਵਿਦਡਰਾਅ ਇਟ ਐਸ ਵੈਲ, ਸੋ ਦੇ ਕੈਨ ਡੂ ਇਟ। ਅੱਛਾ, ਦੇ ਕੈਨ ਡੂ ਦੈਟ, ਯਾ। ਤੇ ਬੇਸਿਕਲੀ ਇਟਸ ਵੈਰੀ ਹਾਰਡ ਕਿ ਤੇ 12 13 ਲੱਖ ਜੋ ਵੀ ਲਾ ਕੇ ਆਏ, ਯਾ, ਤੇ ਦੈਟ ਪਰਸਨ ਇਜ਼ ਇਨ ਰਿਟੈਂਸ਼ਨ ਐਕਚੁਅਲੀ ਇਨ ਲੰਡਨ, ਸੋ ਉਹਦਾ ਕੀ ਚਾਂਸ ਕੀ ਹੋ ਸਕਦਾ, ਵਾਟਸ ਦਾ ਫਿਊਚਰ? ਹੁਣ ਡਿਪੈਂਡ ਕਰੇਗਾ ਵੀ ਕਿ ਉਹਦੇ ਇੰਟਰਵਿਊ ਨੋਟਸ ਕੀ ਹੈਗੇ, ਕੀ ਇੰਟਰਵਿਊ ਲਈ ਗਈ ਉਹਦੀ, ਕੀ ਉਹਦੇ ਯੂਨੀਵਰਸਿਟੀ ਦੇ ਨਾਲ ਕੀ ਉਹਨਾਂ ਨੇ ਕਿੱਦਾਂ ਉਹਨਾਂ ਨੇ ਅਸੈਸਮੈਂਟ ਕੀਤੀ, ਤੇ ਇਦਾਂ ਦੀ ਡਿਪੈਂਡ ਕਰੇਗਾ, ਕੇਸ ਟੂ ਕੇਸ ਡਿਪੈਂਡ ਕਰੂਗਾ ਵੀ ਕੀ ਹੋ ਸਕਦਾ ਉਹਦੇ ਵਿੱਚ ਫਿਰ। ਯਾ, ਬਹੁਤ ਇੰਪੋਰਟੈਂਟ, ਜਿਹੜੇ ਵੀ ਸਟੂਡੈਂਟ ਆਉਂਦੇ, ਪਰ ਹੁਣੇ ਹੁਣੇ ਕੋਲ ਮੈਸੇਜ ਆ ਰਿਹਾ, ਮੈਂ ਜ਼ਰਾ ਫੋਨ ਦੇ ਉੱਪਰ, ਨੋ ਇਟਸ ਨੋਟ ਫਨੀ ਬਿਕੋਜ਼ ਲੋਟ ਆਫ ਪੀਪਲ ਨਹੀਂ ਕਾਲ 'ਤੇ ਆਉਣਾ ਚਾਹੁੰਦੇ, ਉਹਨਾਂ ਦੇ ਆਪਣੇ ਰੀਜ਼ਨ ਹੈਗੇ ਨੇ। ਭਾਅ ਜੀ, ਹੋਰ ਕੋਈ ਮੈਸੇਜ ਆਇਆ ਹੁਣੀ ਹੁਣੀ, ਉਹਨਾਂ ਦੇ ਨਾ ਯੂਰਪ 'ਚ ਰਹਿੰਦੇ ਨੇ, ਨਿਊ ਬੋਰਨ ਬੇਬੀ ਹੈਗੀ ਆ, 2.5 ਸਾਲ ਹੋ ਗਏ ਉਹਨਾਂ ਨੂੰ, ਕਹਿੰਦੇ ਅਪਲਾਈ ਫੋਰ ਬ੍ਰਿਟਿਸ਼, ਦੇ ਲਿਵ ਇਨ ਦਾ ਯੂ ਕੇ, 2.5 ਸਾਲ ਦੇ, ਯੂਰੋਪੀਅਨ ਪਾਸਪੋਰਟ, ਰਾਈਟ, ਬੱਚਾ ਇੱਥੇ ਨਿਊ ਬੋਰਨ ਬੋਬੀ ਇੱਥੇ ਹੋਇਆ, 2.5 ਸਾਲ ਹੋ ਗਏ, ਰਾਈਟ, ਤੇ ਉਹਦੇ ਲਈ ਹੁਣ ਯੂਕੇ ਪਾਸਪੋਰਟ ਕਿ ਯੂਰਪ ਦਾ? ਜਿਹੜੇ ਉਹਦੇ ਪੇਰੈਂਟਸ ਆ ਯੂਰੋਪੀਅਨ ਨੈਸ਼ਨਲ ਆ, ਹਾਂ ਹਾਂ ਹਾਂ, ਤੇ ਉਹ 2.5 ਸਾਲ ਤੋਂ ਇੱਥੇ ਰਹਿੰਦੇ ਨੇ, 2.5 ਸਾਲ ਦੇ ਰਹਿੰਦੇ ਨੇ, ਤੇ ਬੱਚਾ ਇੱਥੇ ਹੋਇਆ, ਤੇ ਦੋਨਾਂ ਪੇਰੈਂਟਸ ਕੋਲ ਯੂਰੋਪੀਅਨ ਪਾਸਪੋਰਟ ਆ, ਇੱਕ ਦੇ ਯੂਰੋਪੀਅਨ, ਇੱਕ ਇੰਡੀਅਨ ਆ ਵਿਦ ਯੂਰੋਪੀਅਨ ਸਟੇ। ਓਕੇ, ਇਨ ਦਿਸ ਕੇਸ ਇਟ ਸਾਊਂਡਸ ਲਾਈਕ ਵੀ ਜਿਹੜਾ ਬੱਚਾ ਹੈਗਾ, ਜਿਹੜੇ ਉਹਦੇ ਪੇਰੈਂਟਸ ਹੈਗੇ ਆ, ਹਲੇ ਉਹਨਾਂ ਕੋਲ ਪਰਮਾਨੈਂਟ ਰੈਜੀਡੈਂਸੀ ਨਹੀਂ ਹੋਣੀ ਇੱਥੇ, ਬਿਕੋਜ਼ ਦਾ ਰੂਲ ਇਜ਼ ਉਹਨਾਂ ਨੂੰ ਮਿਨੀਮਮ 5 ਸਾਲ ਇੱਥੇ ਰਹਿਣਾ ਪੈਣਾ ਹੈਗਾ। ਮਦਰ ਦੇ ਕੋਲ ਹੈਗੀ ਹੈ ਫੁੱਲ ਰੈਜੀਡੈਂਸੀ ਫਰੋਮ ਯੂਰਪ, ਰੈਜੀਡੈਂਸੀ ਜਾਂ ਪਰਮਾਨੈਂਟ ਰੈਜੀਡੈਂਸੀ, ਦੀਸ ਆਰ ਟੂ ਡਿਫਰੈਂਟ ਥਿੰਗਸ। ਵੀ ਹੁਣ ਮੈਨੂੰ ਇਹ ਕਲੀਅਰੀਫਾਈ ਹੋਣਾ ਚਾਹੀਦਾ ਵੀ ਉਹਨਾਂ ਕੋਲ ਰੈਜੀਡੈਂਸੀ ਟੈਂਪਰੇਰੀ ਹੈ, ਯੂਰੋਪੀਅਨ ਫੈਮਿਲੀ ਪਰਮਿਟ ਹੈਗਾ, ਕਿ ਉਹਨਾਂ ਕੋਲ ਪਰਮਾਨੈਂਟ ਰੈਜੀਡੈਂਸੀ ਹੈਗੀ ਹੈ। ਜੇ ਤਾਂ ਉਹਨਾਂ ਕੋਲ ਪਰਮਾਨੈਂਟ ਰੈਜੀਡੈਂਸੀ ਹੈਗੀ ਹੈ, ਯੂਰੋਪੀਅਨ ਪਾਸਪੋਰਟ ਹੈ ਹਾਲੈਂਡ ਦਾ, ਹਾਂਜੀ, ਜੇ ਉਹਨਾਂ ਕੋਲ ਹਾਲੈਂਡ ਦਾ ਪਾਸਪੋਰਟ ਹੈਗਾ, ਤੇ ਇੱਥੇ ਯੂਕੇ ਦੇ ਵਿੱਚ ਬ੍ਰਿਟਿਸ਼ ਪਾਸਪੋਰਟ ਨਹੀਂ ਹੈਗਾ ਅਤੇ ਪਰਮਾਨੈਂਟ ਰੈਜੀਡੈਂਸੀ ਦੋਨੇ ਪੇਰੈਂਟਸ ਕੋਲ ਨਹੀਂ ਹੈਗੀ, ਤਾਂ ਫਿਰ ਇਨ ਦਾ ਸਰਕਮਸਟਾਂਸਿਸ ਜਿਹੜਾ ਬੱਚਾ ਹੈਗਾ, ਇੱਕ ਤਾਂ ਪਹਿਲੇ ਤਾਂ ਉਹਨਾਂ ਨੂੰ ਹਾਲੈਂਡ ਦਾ ਪਾਸਪੋਰਟ ਲੈਣਾ ਚਾਹੀਦਾ ਬੱਚੇ ਦਾ, ਬੱਚੇ ਨੂੰ ਬ੍ਰਿਟਿਸ਼ ਪਾਸਪੋਰਟ ਉਦੋਂ ਹੀ ਮਿਲੂਗਾ। ਅੱਛਾ, ਪਹਿਲਾਂ ਉਹਨਾਂ ਨੂੰ ਉੱਥੇ ਹਾਲੈਂਡ ਦਾ ਲੈਣਾ ਪਏਗਾ, ਕਿਉਂਕਿ ਜਿਹੜਾ ਇੱਕ ਪੇਰੈਂਟ ਜਿਹੜਾ ਹੈਗਾ ਉਹਦੇ ਕੋਲ ਇੰਡੈਫੀਨਿਟ ਚਾਹੀਦੀ ਹੈਗੀ ਜਾਂ ਬ੍ਰਿਟਿਸ਼ ਪਾਸਪੋਰਟ ਚਾਹੀਦਾ ਹੈਗਾ, ਅਤੇ ਜੇ ਦੋਨੇ ਪੇਰੈਂਟਸ ਦੇ ਕੋਲੋਂ ਜੇ ਬ੍ਰਿਟਿਸ਼ ਪਾਸਪੋਰਟ ਨਹੀਂ ਹੈਗਾ, ਜੇ ਦੋਨੇ ਪੇਰੈਂਟਸ ਦੋਨਾਂ ਦੇ ਵਿੱਚੋਂ ਇੱਕ ਕੋ ਵੀ ਜੇ ਇਨਡੈਫੀਨਿਟਲੀ ਰਿਮੇਨ ਨਹੀਂ ਹੈਗੀ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਉਹਨੂੰ ਇੱਥੇ ਤਾਂ ਬ੍ਰਿਟਿਸ਼ ਸਿਟੀਜ਼ਨਸ਼ਿਪ ਸਟ੍ਰੇਟ ਅਵੇ ਨਹੀਂ ਮਿਲੂਗੀ, ਜਿੰਨੀ ਤੱਕ ਪੇਰੈਂਟਸ ਕੋਲ ਨਹੀਂ ਆਉਂਦੀ, ਕਿਉਂਕਿ ਉਹਨੇ ਡਿਰਾਈਵ ਕਰਨੀ ਹੈ ਸਿਟੀਜ਼ਨਸ਼ਿਪ, ਉਹ ਡਿਰਾਈਵ ਤਦ ਕਰ ਪਾਊਗਾ ਵੀ ਜੇ ਪੇਰੈਂਟਸ ਦੇ ਕੋਲੋਂ ਉਹਦੇ ਬ੍ਰਿਟਿਸ਼ ਸਿਟੀਜ਼ਨਸ਼ਿਪ ਹੈਗੀ ਹੈ, ਅਤੇ ਜੇ ਉਹ ਤਾਂ ਵੀ ਡਰਾਈਵ ਕਰ ਸਕਦਾ ਜੇ ਇੱਕ ਪੇਰੈਂਟ ਕੋਲ ਐਟਲੀਸਟ ਇਨਡੈਫੀਨਿਟ ਲੀਵ ਟੂ ਰਿਮੇਨ ਹੈਗੀ, ਜਿਹੜੀ ਕਿ ਪਰਮਾਨੈਂਟ ਰੈਜੀਡੈਂਸੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ। ਪਰ ਦ ਵੇ ਇਟ ਸਾਊਂਡਸ ਲਾਈਕ ਵੀ ਜਿਹੜੇ ਤੁਸੀਂ ਕਿਹਾ ਵੀ ਪੇਰੈਂਟਸ ਹਲੇ 2.5 ਸਾਲ ਹੀ ਹੋਏ ਇੱਥੇ ਆਏ ਹੈਗੇ ਆ, ਆਈ ਡੋਂਟ ਥਿੰਕ ਸੋ ਉਹਨਾਂ ਦੇ ਕੋਲ ਪਰਮਾਨੈਂਟ ਰੈਜੀਡੈਂਸੀ ਹੋਊਗੀ, ਬਿਕੋਜ਼ ਰੂਲ ਇਸ ਕਿ ਉਹਨਾਂ ਨੂੰ ਪੇਰੈਂਟਸ ਨੂੰ ਜਿਹੜੇ ਹੈਗੇ ਉਹ 5 ਸਾਲ ਇੱਥੇ ਹੋਏ ਹੋਣੇ ਚਾਹੀਦੇ ਰਹਿੰਦਿਆਂ ਨੂੰ, ਉਹਨਾਂ ਕੋਲ ਸੈਟਲ ਸਟੇਟਸ ਹੋਣਾ ਚਾਹੀਦਾ ਇੱਥੇ, ਅਤੇ ਜੇ ਸੈਟਲ ਸਟੇਟਸ ਉਹਨਾਂ ਦੇ ਕੋਲ ਹੈਗਾ ਅਤੇ ਜੇ ਬੱਚਾ ਸੈਟਲ ਸਟੇਟਸ ਤੋਂ ਬਾਅਦ ਬੋਰਨ ਹੋਇਆ ਤਾਂ ਫਿਰ ਆਟੋਮੈਟਿਕਲੀ ਉਹਨਾਂ ਨੂੰ ਬ੍ਰਿਟਿਸ਼ ਸਿਟੀਜ਼ਨਸ਼ਿਪ ਇੰਟਾਈਟਲਮੈਂਟ ਹੈਗੀ ਹੈ, ਅਤੇ ਜੇ ਬੱਚਾ ਸੈਟਲ ਸਟੇਟਸ ਤੋਂ ਪਹਿਲੇ ਬੋਰਨ ਹੋਇਆ ਤਾਂ ਫਿਰ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਹੈਗੀ ਬੱਚੇ ਦੀ, ਫਿਰ ਉਹਨਾਂ ਨੂੰ ਅਪਲਾਈ ਕਰਨਾ ਪੈਣਾ ਵਾ ਪਹਿਲੇ ਰਜਿਸਟ੍ਰੇਸ਼ਨ। ਦੇ ਹੈਵ ਟੂ ਗੋ ਬੈਕ ਟੂ ਯੂਰਪ? ਦੇ ਡੋਨਟ ਨੀਡ ਟੂ ਗੋ ਬੈਕ ਟੂ ਯੂਰਪ, ਦੇ ਕੈਨ ਅਪਲਾਈ ਫਰੋਮ ਦੇ ਯੂਕੇ। ਅੱਛਾ, ਇੱਥੋਂ ਅਪਲਾਈ ਹੋ ਸਕਦਾ? ਹਾਂਜੀ ਹਾਂਜੀ, ਇੱਥੋਂ ਹੋ ਸਕਦਾ। ਅੱਛਾ, ਉਹਦੇ ਮੈਂ ਵੀ ਆਪਣੀ ਬੜੀ ਅੱਛੀ ਇਨਫੋਰਮੇਟਿਵ ਹੈ, ਅਕਲ ਥੋੜ੍ਹੀ ਜਿਹੀ ਬੰਦੇ ਨੂੰ ਹੋ ਜਾਂਦੀ ਸਮਝ, ਅਤੇ ਉਹਦਾ ਯੂਰਪੀਅਨ ਪਾਸਪੋਰਟ ਬਣਾ ਕੇ ਹਾਊ ਲੌਂਗ ਡੂ ਹੈਵ ਟੂ ਵੇਟ ਟੂ ਗੈਟ ਦ ਬ੍ਰਿਟਿਸ਼ ਪਾਸਪੋਰਟ? ਆਈ ਵੁੱਡ ਸੇ ਵੀ ਇਸ ਵੇਲੇ ਜੇ ਤੁਸੀਂ ਜਿਹੜਾ ਜੇ ਬੱਚਾ 2.5 ਸਾਲ ਦਾ ਹੈਗਾ ਵਾ, ਤਾਂ ਇੱਥੇ ਜਿਹੜੀ ਹਾਲੈਂਡ ਦੀ ਐਮਬੈਸੀ ਜਿਹੜੀ ਹੈਗੀ ਆ, ਤੁਸੀਂ ਓਬਵੀਅਸਲੀ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਐਟਲੀਸਟ ਤੁਸੀਂ ਬੱਚੇ ਦਾ ਡੱਚ ਪਾਸਪੋਰਟ ਲੈ ਲਓ, ਐਟਲੀਸਟ ਉਨੀ ਦਿਨ ਬੱਚੇ ਕੋਲ ਪਾਸਪੋਰਟ ਕੋਈ ਨਾ ਕੋਈ ਹੋਗਾ, ਬੱਚਾ ਸਟੇਟਲੈਸ ਨਹੀਂ ਕੋਈ ਹੋਗਾ, ਅਤੇ ਜਦੋਂ ਪੇਰੈਂਟਸ ਦੇ ਕੋਲੋਂ ਇੰਡੈਫੀਨਿਟ ਆ ਜਾਂਦੀ ਹੈਗੀ ਆ, ਫਿਰ ਤੁਸੀਂ ਆਟੋਮੈਟਿਕਲੀ ਬੱਚੇ ਨੂੰ ਜਦੋਂ ਮਰਜ਼ੀ ਤੁਸੀਂ ਬ੍ਰਿਟਿਸ਼ ਪਾਸਪੋਰਟ ਲੈ ਕੇ ਦੇ ਸਕਦੇ ਹੋ। ਦੈਟਸ ਗੁੱਡ, ਚਲੋ ਅਸੀਂ ਪਹਿਲਾਂ ਕਾਲ ਲੈ ਲਈ, ਫਿਰ ਗੱਲ ਕਰਦੇ ਹਾਂ। ਹੈਲੋ, ਹੈਲੋ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਮੈਂ ਭਾਅ ਜੀ ਵਰਿੰਦਰ ਸਿੰਘ ਬੋਲਦਾ ਜੀ, ਸਾਊਥ ਹਾਲ ਤੋਂ। ਭਾਅ ਜੀ ਸਵਾਗਤ ਕਰਦੇ ਹਾਂ, ਬਹੁਤ ਵੈਲਕਮ, ਕੀ ਕਰਨਾ ਪੁੱਛਣਾ ਚਾਹੁੰਦੇ ਹੋ ਵਕੀਲ ਸਾਹਿਬ ਨੂੰ? ਥੈਂਕ ਯੂ ਸਰ। ਭਾਅ ਜੀ ਮੈਂ ਪੁੱਛਣਾ ਚਾਹੁੰਦਾ ਸੀ, ਜਿੱਦਾਂ ਅੱਜ ਕੱਲ੍ਹ ਬ੍ਰੈਕਸਿਟ ਦਾ ਜਿੱਦਾਂ ਰੌਲਾ ਪੈ ਰਿਹਾ, ਸੋ 31st ਨੂੰ ਜਿੱਦਾਂ ਸ਼ੋਰ ਹੋ ਗਿਆ ਬਾਹਰ ਜਾਣਾ ਆ, ਤੇ ਕਾਫੀ ਲੋਕੀ ਜਿੱਦਾਂ ਮੇਰੇ ਫਰੈਂਡ ਸਰਕਲ ਕਹਿੰਦੇ ਕਿ ਕੇਸ ਲਾਓ, ਤੁਹਾਨੂੰ 10 ਸਾਲ ਹੋ ਗਏ ਆ,
ਜਿਹੜੇ ਤੁਸੀਂ ਆਪਣੇ ਫਰੈਂਡਾਂ ਦੀ ਗੱਲ ਕਰਦੇ ਹੈਗੇ ਇਹ ਇਹ ਜਿੱਦਾਂ ਇਹ ਇਹ ਨਾਨ ਯੂਰੋਪੀਅਨ ਨੈਸ਼ਨਲਸ ਆ ਸਾਰੇ ਨਹੀਂ ਨਹੀਂ ਭਾਜੀ ਇਹ ਜਿੱਦਾਂ ਇੰਡੀਅਨ ਹੀ ਜਿੱਦਾਂ ਆਪਣੇ ਨਾਲ ਹੀ ਕੰਮ ਹਾਂਜੀ ਹਾਂਜੀ ਇੰਡੀਅਨ ਇੰਡੀਅਨ ਹਾਂਜੀ ਯਾ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਹੁਣ ਅੱਛਾ ਇਹਦਾ ਇਦਾਂ ਵੀ ਕਾਫੀ ਜ਼ਿਆਦਾ ਮਿਥ ਹੋਇਆ ਹੋਇਆ ਆਪਣੀ ਇਸ ਕਮਿਊਨਿਟੀ ਦੇ ਵਿੱਚ ਵੀ ਜਿਹੜੇ 10 ਸਾਲ ਦੇ ਹੋ ਗਏ ਹੈਗੇ ਆ ਵੀ ਉਹਨਾਂ ਨੂੰ ਇਹਨਾਂ ਨੇ ਪਰਮਾਨੈਂਟ ਕਰਨਾ ਜਾਂ ਕੁਛ ਵੀ ਕਰਨਾ ਹੈਗਾ ਇਸ ਵੇਲੇ ਲਾਅ ਦੇ ਵਿੱਚ ਕੋਈ ਐਸੀ ਪ੍ਰੋਵੀਜ਼ਨ ਨਹੀਂ ਹੈਗੀ ਕੁਛ ਸਾਲ ਪਹਿਲੇ ਜਦੋਂ ਬੋਰਿਸ ਜੌਨਸਨ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਵੀ ਉਹਨੇ ਐਮਐਨਐਸਟੀ ਕੱਢਣੀ ਹੈਗੀ ਹੈ ਪਰ ਦੈਟ ਵਾਸ ਜਸਟ ਅ ਸਟੇਟਮੈਂਟ ਉਹ ਸਟੇਟਮੈਂਟ ਕਦੀ ਲਾਅ ਦੇ ਵਿੱਚ ਕਦੀ ਤਬਦੀਲ ਨਹੀਂ ਹੋਈ ਅੱਜ ਤੱਕ ਹਾਂਜੀ ਉਹਦੇ ਵਿੱਚ ਇਸ ਵੇਲੇ ਕੋਈ ਲਾਅ ਨਹੀਂ ਹੈਗਾ ਵੀ ਜਿਹੜਾ 10 ਸਾਲ ਦਾ ਜਿਹੜਾ ਕੋਈ ਬੰਦਾ ਇੱਥੇ 10 ਸਾਲ ਤੋਂ ਰਹਿ ਰਿਹਾ ਹੈਗਾ ਆਟੋਮੈਟਿਕਲੀ ਉਹਨਾਂ ਨੂੰ ਇਹਨਾਂ ਨੇ ਪੱਕੇ ਕਰ ਦੇਣਾ ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਪਰ ਹਾਂ ਇਹ ਗੱਲ ਜ਼ਰੂਰ ਹੈਗੀ ਹੈ ਉਹਨਾਂ ਨੇ ਸਟੇਟਮੈਂਟ ਜ਼ਰੂਰ ਦਿੱਤੀਆਂ ਸੀਗੀਆਂ ਉਹਨਾਂ ਨੇ ਕਿਹਾ ਸੀਗਾ ਅਸੀਂ ਪੱਕੇ ਕਰਾਂਗੇ ਬੰਦੇ ਪਰ ਹਲੇ ਉਹ ਕਾਨੂੰਨ ਜਿਹੜਾ ਲਾਗੂ ਨਹੀਂ ਹੋਇਆ ਹਲੇ ਉਹਨੂੰ ਹਲੇ ਕਾਨੂੰਨ ਉਹਨਾਂ ਨੇ ਲੈਜਿਸਲੇਸ਼ਨ ਦੇ ਵਿੱਚ ਪਾਸ ਕਰਨਾ ਰੂਲਸ ਦੇ ਵਿੱਚ ਕਿੱਦਾਂ ਤਬਦੀਲੀ ਆਣੀ ਇਹ 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 ਮੈਂ ਟਾਈਮ ਬਾਏ ਟਾਈਮ ਇਸ ਸ਼ੋਅ ਦੇ ਵਿੱਚ ਮੈਂ ਅਪਡੇਟ ਕਰਦਾ ਰਹੂੰਗਾ ਪਰ ਹਲੇ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਹਾਂ ਇਹ ਗੱਲ ਜ਼ਰੂਰ ਹੈ ਜੇ ਕੋਈ ਬੰਦਾ ਇੱਥੇ ਹੈਗਾ ਵੀ ਹਾਂ ਆਪਣਾ ਤੁਸੀਂ ਆਪਣੇ ਆਪ ਨੂੰ ਆਪਣਾ ਤੁਸੀਂ ਉਹਨਾਂ ਨੂੰ ਕੋਈ ਕੋਈ ਨੇ ਐਪਲੀਕੇਸ਼ਨ ਦੇ ਕੇ ਤੁਸੀਂ ਆਪਣੇ ਆਪਣੇ ਆਪ ਸਿਸਟਮ ਦੇ ਵਿੱਚ ਜ਼ਰੂਰ ਰੱਖ ਸਕਦੇ ਹੋ ਜਿਹਦਾ ਕਿ ਜੇ ਕੋਈ ਪਾਲਿਸੀ ਆਉਂਦੀ ਵੀ ਹੈਗੀ ਆ ਡੈਫੀਨੇਟਲੀ ਉਹਨਾਂ ਨੇ ਕੋਈ ਇੱਦਾਂ ਦਾ ਸਿਸਟਮ ਕਰਨਾ ਵੀ ਜਿਹੜੇ ਨੇ ਐਪਲੀਕੇਸ਼ਨ ਕੀਤੀਆਂ ਹੈਗੀਆਂ ਜਾਂ ਕੋਈ ਨਾ ਕੋਈ ਉਹਨਾਂ ਦਾ ਕੁਛ ਨਾ ਕੁਛ ਉਹਨਾਂ ਨੇ ਕੋਈ ਐਪਲੀਕੇਸ਼ਨ ਆਪਣੇ ਆਪ ਨੂੰ ਆਪਣਾ ਆਪਣੀ ਸਟੇ ਰੈਗੂਲਰਾਈਜ਼ ਕਰਾਉਣ ਨੂੰ ਇੱਥੇ ਕੁਛ ਨਾ ਕੁਛ ਕੀਤਾ ਹੈਗਾ ਆ ਤੇ ਉਹ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਹੋ ਸਕਦਾ ਆ ਇਹ ਗੱਲ ਦਾ ਜ਼ਰੂਰ ਬੈਨੀਫਿਟ ਹੋ ਸਕਦਾ ਪਰ ਐਸ ਸੱਚ ਕੋਈ ਕਾਨੂੰਨ ਨਹੀਂ ਹੈਗਾ ਇਸ ਵੇਲੇ ਇੱਦਾਂ ਦਾ ਵੀ ਜਿਹਦੇ ਵਿੱਚ ਬੰਦਾ ਇੱਥੇ ਕੱਚੇ ਤੌਰ ਤੇ 10 ਸਾਲ ਤੋਂ ਰਹਿ ਰਿਹਾ ਵੀ ਉਹਨੂੰ ਉਹਨਾਂ ਨੇ ਪੱਕਾ ਕਰ ਦੇਣਾ ਹੈਗਾ ਇੱਦਾਂ ਦਾ ਕੋਈ ਰੂਲ ਨਹੀਂ ਹੈਗਾ ਹਲੇ ਓਕੇ ਓਕੇ ਜੀ ਤਵੇ ਜਿਹਦਾ ਕੋਈ ਕੇਸ ਲਾਣਾ ਹੋਵੇ ਫਿਰ ਕਿਹਦੇ ਬੇਸ ਕੇਸ ਲਾ ਸਕਦੇ ਆਪਾਂ ਜਿੱਦਾਂ ਇਹ ਡਿਪੈਂਡ ਕਰੂਗਾ ਬੱਚੇ ਬੰਦੇ ਦੇ ਹਾਲਾਤ ਕੀ ਹੈਗੇ ਆ ਪਰ ਅੱਜ ਦੀ ਡੇਟ ਦੇ ਵਿੱਚ ਬੰਦਾ ਇੱਥੇ 10 ਸਾਲ ਤੋਂ ਕੱਚੇ ਤੌਰ ਤੇ ਰਹਿ ਰਿਹਾ ਕੋਈ ਉਹਦੀ ਫੈਮਿਲੀ ਲਾਈਫ ਨਹੀਂ ਹੈਗੀ ਬਹੁਤ ਵੀਕ ਕੇਸ ਆ ਪਰ ਜੇ ਤੁਸੀਂ ਫਿਰ ਵੀ ਤੁਸੀਂ ਆਪਣੇ ਆਪ ਨੂੰ ਤੁਸੀਂ ਉਹਨਾਂ ਨੂੰ ਵੀ ਤੁਹਾਨੂੰ ਤੁਸੀਂ ਜੇ ਤੁਸੀਂ ਲਾਣਾ ਵੀ ਹੈਗਾ ਤੁਸੀਂ ਲਾ ਸਕਦੇ ਤੁਹਾਨੂੰ ਕੋਈ ਰੋਕ ਨਹੀਂ ਹੈਗੀ ਇਹਦੇ ਵਿੱਚ ਪਰ ਕੇਸ ਇਸ ਸਟੇਜ ਦੇ ਵਿੱਚ ਕਾਫੀ ਵੀਕ ਆ ਹੈ ਬਸ ਭਾਜੀ ਕੁਛ ਹੋਰ ਪੁੱਛਣਾ ਚਾਹੁੰਦੇ ਕਿ ਬਹੁਤ ਥੈਂਕ ਯੂ ਸੋ ਮਚ ਕਾਲ ਕਰਨ ਦਾ ਮੈਂ ਫਿਰ ਨੰਬਰ ਰਿਪੀਟ ਕਰ ਦਿੰਦਾ 0208-571-4279 ਕਾਲ ਕਰਕੇ ਇਮੀਗ੍ਰੇਸ਼ਨ ਲਾਓ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਵਰੀ ਹੈਗੀ ਕੁਛ ਪੁੱਛਣਾ ਚਾਹੁੰਦੇ ਹੋ ਵਨ ਟੂ ਵਨ ਗੱਲ ਕਰੋ ਮੈਂ ਹਮੇਸ਼ਾ ਵੀ ਕਹਿੰਦਾ ਹੁੰਦਾ ਕਿ ਜੇ ਤੁਸੀਂ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਪਲੀਜ਼ ਕਾਲ ਕਰੋ ਕਿ ਮੈਨੂੰ ਮੈਸੇਜ ਆਉਂਦੇ ਅਤੇ ਪੜ੍ਹਨਾ ਕਾਲ ਲੈਣਾ ਅਤੇ ਪੜ੍ਹਨਾ ਜ਼ਿਆਦਾ ਡਿਫੀਕਲਟ ਹੋ ਜਾਂਦਾ ਬਟ ਵੀਲ ਸਟਿਲ ਹੈਵ ਟੂ ਡੂ ਇਟ ਕਾਲ ਕਰਕੇ ਤੁਸੀਂ ਸਿੱਧੀ ਵਕੀਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਭਾਜੀ ਬੜਾ ਇੰਟਰਸਟਿੰਗ ਸੀ ਇਹਨਾਂ ਦਾ ਹੁਣ ਇਹਦਾ ਸਟੂਡੈਂਟ ਵੀਜ਼ੇ ਦੀ ਫਿਰ ਅਸੀਂ ਗੱਲ ਕਰਦੇ ਹੈਗੇ ਹੁਣ ਪਹਿਲਾਂ ਕਾਲ ਲੈ ਲੈਂਦੇ ਫਿਰ ਉਹਦਾ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੌਣ ਬੋਲਦੇ ਹੋ ਮੈਂ ਸੁਖਵੰਤ ਸਿੰਘ ਬੋਲਦਾ ਭਾਜੀ ਤੁਹਾਡਾ ਸਵਾਗਤ ਕਰਦੇ ਹਾਂ ਵਕੀਲ ਸਾਹਿਬ ਸੁਣ ਰਹੇ ਕੀ ਪੁੱਛਣਾ ਚਾਹੁੰਦੇ ਹੋ ਥੋੜੀ ਜਿਹੀ ਆਵਾਜ਼ ਮੱਧਮ ਆ ਥੋੜਾ ਉੱਚੀ ਬੋਲਿਓ ਹੈ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਬੋਲੋ ਮੈਂ ਪੁੱਛਣਾ ਚਾਹੁੰਦਾ ਜੀ ਜਿਹੜੇ ਮਤਲਬ ਆਪਣਾ ਇੰਡੀਆ ਤੋਂ ਸਟੂਡੈਂਟ ਜਿਵੇਂ ਕੋਈ ਆਉਂਦਾ ਮੇਰਾ ਜਿਵੇਂ ਕੋਈ ਰਿਸ਼ਤੇਦਾਰ ਆ ਜੀ ਉਹਨਾਂ ਨੇ ਆਈਲੈਟਸ ਨਹੀਂ ਕੀਤੀ ਹੈ ਜੀ ਵਿਦਆਊਟ ਆਈਲੈਟਸ ਆਉਣਾ ਚਾਹੁੰਦੇ ਆ ਇੱਥੇ ਉਹ ਜੀ ਤੇ ਉਹ ਜੇ ਕੋਈ ਅੰਬੈਸੀ ਵੱਲੋਂ ਕੋਈ ਪ੍ਰੋਬਲਮ ਹੁੰਦੀ ਆ ਤੇ ਜਿਹੜੇ ਕਾਲਜ ਹੈਗੇ ਉਹ ਫੀਸ ਵਾਪਸ ਕਰਦੇ ਆ ਜਾਂ ਨਹੀਂ ਦੇਖੋ ਜਿਹੜਾ ਮੈਂ ਤੁਹਾਨੂੰ ਓਵਰਆਲ ਜੋ ਸਿਨਾਰੀਓ ਅੱਜ ਕੱਲ੍ਹ ਦਾ ਇਨਵਾਇਰਮੈਂਟ ਮੈਂ ਤੁਹਾਨੂੰ ਉਸ ਉਹਦੇ ਅਕੋਰਡਿੰਗਲੀ ਤੁਹਾਨੂੰ ਮੈਂ ਆਨਸਰ ਦੇ ਸਕਦਾ ਵੀ ਹਰ ਇੱਕ ਜਿਹੜੀ ਯੂਨੀਵਰਸਿਟੀ ਹੈਗੀ ਉਹਦੀਆਂ ਡਿਫਰੈਂਟ ਡਿਫਰੈਂਟ ਰੀਫੰਡ ਪਾਲਿਸੀਜ਼ ਹੈਗੀਆਂ ਆ ਕਈ ਯੂਨੀਵਰਸਿਟੀਆਂ ਰੀਫੰਡ ਕਰਦੀਆਂ ਕਈਆਂ ਦੀ ਹਰ ਇੱਕ ਦੀ ਆਪਣੀ ਆਪਣੀ ਰੀਫੰਡ ਪਾਲਿਸੀ ਹੈ ਉਹ ਬੱਚੇ ਦੇ ਕਿੱਥੇ ਐਡਮਿਸ਼ਨ ਲਈ ਹੈਗੀ ਆ ਉਹ ਡਿਪੈਂਡ ਕਰੂਗਾ ਉਸ ਕਾਲਜ ਦੀ ਰੀਫੰਡ ਪਾਲਿਸੀ ਦੇ ਉੱਤੇ ਪਰ ਓਵਰਆਲ ਜੋ ਅੱਜ ਕੱਲ੍ਹ ਦੇ ਜੋ ਅੱਜ ਕੱਲ੍ਹ ਦਾ ਇਨਵਾਇਰਮੈਂਟ ਹੈਗਾ ਆ ਜੋ ਮੈਂ ਜੋ ਮੇਰੀ ਨਜ਼ਰ ਦੇ ਵਿੱਚ ਜੋ ਮੈਂ ਦੇਖਿਆ ਅਬਜ਼ਰਵ ਕੀਤਾ ਆ ਯੂਨੀਵਰਸਿਟੀਆਂ ਵੀ ਕਾਫੀ ਇਸ ਵੇਲੇ ਸਟ੍ਰਿਕਟ ਹੈਗੀਆਂ ਉਹ ਸਿੰਪਲੀ ਉਹ ਉਹਨਾਂ ਦੇ ਇਹੀ ਹੈਗਾ ਵੀ ਜੇ ਤਾਂ ਜੇ ਜੇ ਤੁਸੀਂ ਕੋਈ ਗਲਤ ਡਾਕੂਮੈਂਟ ਲਾਇਆ ਹੈਗਾ ਜਾਂ ਉਹਦੇ ਕਰਕੇ ਜਾਂ ਤੁਹਾਡੇ ਫੰਡਿੰਗ ਕਰਕੇ ਜਾਂ ਤੁਹਾਡਾ ਤੁਹਾਡੀ ਹੋਰ ਕਿਸੇ ਪ੍ਰੋਬਲਮ ਕਰਕੇ ਜਾਂ ਜਿਹੜੀ ਕਿ ਜਿਹਦੇ ਵਿੱਚ ਯੂਨੀਵਰਸਿਟੀ ਦਾ ਕੋਈ ਫਾਲਟ ਨਹੀਂ ਹੈਗਾ ਉਸ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੈ ਅਤੇ ਫਿਰ ਯੂਨੀਵਰਸਿਟੀਆਂ ਕੰਸਿਡਰ ਕਰਦੀਆਂ ਹੈਗੀਆਂ ਉਹ ਤੁਹਾਨੂੰ ਫੀਸ ਰੀਫੰਡ ਕਰਨ ਨੂੰ ਅਦਰਵਾਈਜ਼ ਜੇ ਤੁਹਾਡੀ ਕੋਈ ਜੇ ਸਟੂਡੈਂਟ ਦੀ ਆਪਣੀ ਗਲਤੀ ਕਰਕੇ ਕਦੀ ਕਦੀ ਸਟੂਡੈਂਟ ਕੋਈ ਗਲਤ ਬੈਂਕ ਸਟੇਟਮੈਂਟ ਜੇ ਲਾਤੀ ਤੁਸੀਂ ਜਿਹੜੀ ਬੈਂਕ ਸਟੇਟਮੈਂਟ ਜਿਹੜੀ ਲਾਈ ਤੁਹਾਡੇ ਫੰਡਿੰਗ ਪੂਰੀ ਨਹੀਂ ਹੈਗੀ ਉਹਦੇ ਵਿੱਚ ਉਹਨਾਂ ਹਾਲਾਤਾਂ ਜਾਂ ਹੋਰ ਕੋਈ ਤੁਹਾਡਾ ਇੱਦਾਂ ਦਾ ਰੀਜ਼ਨ ਆ ਕਿ ਜਿਹਦੇ ਵਿੱਚ ਯੂਨੀਵਰਸਿਟੀ ਦਾ ਕੋਈ 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 ਇਨਵੋਲਵਮੈਂਟ ਨਹੀਂ ਹੈਗੀ ਯੂਨੀਵਰਸਿਟੀ ਇਨੋਸੈਂਟ ਆ ਓਨ ਦੈਟ ਕੇਸਿਸ ਉਹ ਕੰਸਿਡਰ ਕਰੂਗਾ ਰੀਫੰਡ ਕਰਨ ਦਾ ਪਰ ਜੇ ਤੁਹਾਡੀ ਸਟੂਡੈਂਟ ਦੀ ਫਾਲਟ ਹੈਗੀ ਆ ਤਾਂ ਫਿਰ ਉਹਦੇ ਵਿੱਚ ਉਹ ਫਿਰ ਕੰਟੈਸਟ ਕਰਦੇ ਹੈਗੇ ਵੀ ਉਹ ਰਿਫੰਡ ਨਹੀਂ ਕਰਨਾ ਅਸੀਂ ਇਹ ਇਹ ਤੁਹਾਨੂੰ ਮੈਂ ਜਿਹੜਾ ਕਿ ਓਵਰਆਲ ਜਿਹੜਾ ਇਨਵਾਇਰਮੈਂਟ ਚੱਲ ਰਿਹਾ ਉਹ ਜਿਹੜੀ ਹੈਗੀ ਯੂਨੀਵਰਸਿਟੀਆਂ ਮੈਨੂੰ ਜੋ ਜਿੱਦਾਂ ਮੈਨੂੰ ਉਹ ਮੈਂ ਉਸ ਆਪਣਾ ਅਕੋਰਡਿੰਗਲੀ ਦੱਸ ਰਿਹਾ ਮੇ ਬੀ ਜਿਹੜੀ ਤੁਸੀਂ ਜਿਹੜੇ ਆਪਣਾ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਵਿੱਚ ਤੁਹਾਡੇ ਜਿਹੜੇ ਜਿਹਦੇ ਬਾਰੇ ਵੀ ਤੁਸੀਂ ਗੱਲ ਕਰਦੇ ਹੈਗੇ ਹੋ ਉਹਨੇ ਐਡਮਿਸ਼ਨ ਲਈ ਹੈਗੀ ਸਭ ਤੋਂ ਬੈਸਟ ਇਹ ਹੈ ਵੀ ਉਹਨਾਂ ਦੀ ਵੈਬਸਾਈਟ
ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੀ ਰੀਫੰਡ ਪਾਲਿਸੀ ਦੇਖੋ ਵੀ ਰੀਫੰਡ ਪਾਲਿਸੀ ਦੇ ਵਿੱਚ ਕਿਹੜੀਆਂ ਕਿਹੜੀਆਂ ਟਰਮਸ ਐਂਡ ਕੰਡੀਸ਼ਨਸ ਤੇ ਕਿਹੜੇ ਕਿਹੜੇ ਉਹਨਾਂ ਨੇ ਪ੍ਰੋਵੀਜ਼ਨਸ ਰੱਖੀਆਂ ਹੈਗੀਆਂ। ਤੁਸੀਂ ਉਹਦੇ ਉੱਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਜੇ ਤੁਸੀਂ ਆਪਣੀ ਪਾਲਿਸੀ ਜਿਹੜੀ ਆਪਣੀ ਜਿਹੜੀ ਤੁਹਾਡੀ ਫੀਸ ਹੈਗੀ ਤੁਸੀਂ ਉਹਨੂੰ ਰਿਫੰਡ ਕਰਾਉਣ ਦੀ ਕੋਸ਼ਿਸ਼ ਕਰਨ ਜੇ ਚਾਹੁੰਦੇ ਹੋ ਤੁਸੀਂ। ਥੈਂਕ ਯੂ ਭਾਅ ਜੀ, ਬਹੁਤ ਮਿਹਰਬਾਨੀ ਹੈ, ਤੁਹਾਨੂੰ ਆਨਸਰ ਮਿਲ ਗਿਆ ਹੈਗਾ। ਇਕਬਾਲਦੀਪ ਜੀ, ਬੜਾ ਇੰਟਰਸਟਿੰਗ ਸਵਾਲ ਹੈ ਇਹ ਵੀ, ਜਿਹੜਾ ਵੀ ਤੁਸੀਂ ਸੁਣ ਰਹੇ ਦੇਖ ਰਹੇ ਹੋ ਸਟੂਡੈਂਟ ਕਿਸੇ ਨਾਲ, ਬਹੁਤ ਅੱਜ ਕੱਲ੍ਹ ਸਟੂਡੈਂਟ ਆ ਰਹੇ ਨੇ, ਬਹੁਤ ਅੱਛਾ ਆਈਡੀਆ। ਵੈਬਸਾਈਟ ਤੇ ਜਾ ਕੇ ਜਿਹੜੇ ਕਾਲਜ ਹੋ ਤਾਂ ਵੈਬਸਾਈਟ ਪੜ੍ਹੋ, ਉਹਦੀ ਰਿਫੰਡ ਪਾਲਿਸੀ ਕੀ ਹੈਗੀ ਜੀ, ਸਭ ਤੋਂ ਪਹਿਲਾਂ ਪਤਾ ਲੱਗ ਜਾਏ। ਸਭ ਤੋਂ ਬੈਸਟ ਇਹ ਵੀ, ਮੈਂ ਤਾਂ ਇਹ ਕਹੂੰਗਾ ਫੀਸ ਦੇ ਤੋਂ ਪਹਿਲੇ ਤੁਸੀਂ ਉਹਨਾਂ ਦੀ ਰਿਫੰਡ ਪਾਲਿਸੀ ਪੜ੍ਹੋ ਪਹਿਲੇ ਵੀ, ਹਾਂਜੀ, ਤੇ ਵੀ ਆਪਣੇ ਜਿਹੜੇ ਤੁਹਾਡੇ ਡਾਕੂਮੈਂਟੇਸ਼ਨ ਹੈਗੀ ਹੈ, ਮੇਕ ਸ਼ੋਰ ਵੀ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਤੁਹਾਡੀ ਫੰਡਿੰਗ ਕਰਕੇ ਰਿਫਿਊਜ਼ਲ ਨਾ ਹੋਵੇ, ਤੇ ਤੁਸੀਂ ਕੋਈ ਗਲਤ ਡਾਕੂਮੈਂਟ ਨਾ ਕੋਈ ਲਾਓ। ਕੋਸ਼ਿਸ਼ ਕਰੋ ਵੀ ਕੋਈ ਸਿੱਧਾ ਸਿੱਧਾ ਰੂਲਸ ਦੇ ਅਕੋਰਡਿੰਗਲੀ ਤੁਸੀਂ ਚੱਲੋ, ਮੈਂ ਇਹੀ ਸਭ ਨੂੰ ਸਲਾਹ ਦਊਂਗਾ ਮੈਂ, ਕਿਉਂਕਿ ਜੇ ਇੱਕ ਰਿਫੰਡ ਪਾਲਿਸੀ ਸਟ੍ਰੇਟ ਫਾਰਵਰਡ ਨਹੀਂ ਹੈਗੀ, ਇੱਕ ਦਫਾ ਪੈਸੇ ਦਿੱਤੇ ਜਾਣ ਫਿਰ ਤਾਂ ਲੈਣੇ ਬੜੇ ਮੁਸ਼ਕਲ ਹੋ ਜਾਂਦੇ। ਹਾਂਜੀ, ਨਹੀਂ ਇੱਦਾਂ ਦੀ ਆਪਣਾ ਯੂਨੀਵਰਸਿਟੀ ਰਿਪਿਊਟਡ ਯੂਨੀਵਰਸਿਟੀਜ਼ ਆ, ਇੱਦਾਂ ਨਹੀਂ ਹੈਗੇ ਵੀ ਆਪਣਾ ਕਰਦੇ ਵੀ ਹੈਗੇ ਰਿਫੰਡ ਉਹ, ਪਰ ਇਹ ਹੁਣ ਜਿੱਦਾਂ ਹੁਣ ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦਿੰਦਾ ਹੈਗਾ ਵੀ ਮੈਂ ਹੀ ਕੇਸ ਕਰਦਾ ਪਿਆ ਸੀਗਾ, ਉਹਨਾਂ ਨੇ ਜਿਹੜਾ ਸੈਸ਼ਨ ਨਿਕਲ ਗਿਆ, ਜਨਵਰੀ ਦਾ ਸੈਸ਼ਨ ਨਿਕਲ ਗਿਆ, ਤੇ ਉਹਨਾਂ ਨੇ ਅਸੀਂ ਫੀਸ ਪੇ ਕੀਤੀ ਸੀਗੀ, ਯੂਨੀਵਰਸਿਟੀ ਨੇ ਫੀਸ ਰਿਟਰਨ ਕਰਤੀ ਆਟੋਮੈਟਿਕਲੀ ਵੀ ਤੁਸੀਂ ਸਪਟੈਂਬਰ ਦੇ ਵਿੱਚ ਅਸੀਂ ਸਾਡਾ ਨਵਾਂ ਸੈਸ਼ਨ ਸ਼ੁਰੂ ਹੋਣਾ, ਅਸੀਂ ਤੁਹਾਨੂੰ ਹੁਣ ਰਿਫੰਡ ਕਰਦੇ ਹਾਂ, ਤੇ ਤੁਸੀਂ ਸਾਨੂੰ ਜਦੋਂ ਤੁਸੀਂ ਦੁਬਾਰਾ ਅਪਲਾਈ ਕਰੋਗੇ ਸਾਡੀ ਸਪਟੈਂਬਰ ਬੈਚ ਦੇ ਵਿੱਚ, ਤੁਸੀਂ ਉਦੋਂ ਸਾਨੂੰ ਫੀਸ ਦਵਾਂਗੇ। ਮੈਂ ਪੁੱਛਣਾ ਸੀ, ਮੇਰੇ ਕੋਲ ਪਰਮਾਨੈਂਟ ਰੈਜੀਡੈਂਸੀ ਆ, ਮੇਰੇ ਪਾਸਪੋਰਟ ਤੇ ਵੀਜ਼ਾ ਲੱਗਾ ਆ ਪਰਮਾਨੈਂਟ ਰੈਜੀਡੈਂਸੀ ਦਾ, ਤੇ ਮੈਂ ਪੁੱਛਣਾ ਸੀ ਕਿ ਮੇਰੇ ਕੋਲ 2021 ਤੱਕ ਮੇਰੇ ਕੋਲ ਆ ਵੀਜ਼ਾ। ਓਕੇ, ਤੁਹਾਡੀ ਨੈਸ਼ਨੈਲਿਟੀ ਕੀ ਹੈਗੀ ਹੈ ਭਾਈ ਸਾਹਿਬ? ਮੇਰੇ ਕੋਲ ਇੰਡੀਅਨ ਨੈਸ਼ਨੈਲਿਟੀ ਆ। ਓਕੇ, ਤੁਹਾਡੇ ਕੋਲ ਇੰਡੀਅਨ ਨੈਸ਼ਨੈਲਿਟੀ ਹੈਗੀ, ਤਾਂ ਤੁਹਾਡੇ ਕੋਲ ਪਰਮਾਨੈਂਟ ਰੈਜੀਡੈਂਸੀ, ਤੁਹਾਨੂੰ ਆਪਣੀ ILR ਕਦੋਂ ਮਿਲੀ ਸੀਗੀ ਤੁਹਾਨੂੰ? ਮੈਨੂੰ 2011 ਚ ਮਿਲੀ ਸੀਗੀ। ਤਾਂ ਤੁਹਾਨੂੰ ਕਿਹੜੇ ਬੇਸ ਤੇ ILR ਮਿਲੀ ਸੀਗੀ? ਕੀ ਹੋਊਗਾ ਇਹ ਸਵਾਲ ਹੈ ਤੁਹਾਡਾ? ਇਸ ਕਰਕੇ ਉਹ 10 ਸਾਲ ਦਾ ਦਿੰਦੇ ਹੈਗੇ, ਜੋ ਤੁਹਾਨੂੰ 10 ਸਾਲ ਪੂਰੇ ਹੋ ਜਾਣ ਤੇ ਤੁਸੀਂ ਇੱਕ ਫਾਰਮ ਹੁੰਦਾ ਆ, ਤੁਸੀਂ ਆਪਣਾ ਉਹਨਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੈਗੇ ਰਿਪਲੇਸਮੈਂਟ ਬਾਇਓਮੈਟ੍ਰਿਕ ਪਰਮਿਟ ਵਾਸਤੇ। ਤੁਹਾਨੂੰ ਕੋਈ ਰੋਕ ਨਹੀਂ ਹੈਗੀ, ਤੁਹਾਡੇ ILR ਦੇ ਵਿੱਚ ਕੋਈ ਫਰਕ ਨਹੀਂ ਪੈਣ ਲੱਗਾ, ਉਹ ਤੁਹਾਡੀ ਉਦਾਂ ਹੀ ਰਹਿਣੀ ਹੈ, ਸਿਰਫ ਤੁਹਾਡਾ ਕਾਰਡ ਨਵਾਂ ਬਣ ਕੇ ਆਜੂਗਾ। ਉਹਦੀ ਫੀਸ ਹੁੰਦੀ ਹੈ ਤੁਸੀਂ ਪੇ ਕਰਕੇ, ਆਨਲਾਈਨ ਐਪਲੀਕੇਸ਼ਨ ਹੈਗੀ ਆ, ਉਹਦੀ ਤੁਸੀਂ ਫੀਸ ਪੇ ਕਰਕੇ ਤੁਸੀਂ ਆਪਣੇ ਆਪ ਨੂੰ ਰਿਪਲੇਸਮੈਂਟ ਬਾਇਓਮੈਟ੍ਰਿਕ ਕਾਰਡ ਜਦੋਂ ਮਰਜ਼ੀ ਲੈ ਸਕਦੇ ਹੋ, ਤੇ ਤੁਸੀਂ ਜਦੋਂ ਤੁਹਾਡਾ 10 ਸਾਲ ਜਦੋਂ ਤੁਹਾਡਾ ਕਾਰਡ ਮੁੱਕਣ ਵਾਲਾ ਆ, ਤੁਸੀਂ ਉਸ ਤੋਂ 1 ਮਹੀਨਾ ਪਹਿਲੇ ਤੁਸੀਂ ਅਪਲਾਈ ਕਰ ਸਕਦੇ ਹੋ। ਹਾਂਜੀ, ਮੈਂ ਸੁਜੈਸਟ ਕਰਦਾ, ਜੇ ਤੁਹਾਨੂੰ ਖੁਦ ਨਹੀਂ ਪਤਾ ਉਹਲੇ ਸੁਜੈਸਟ ਕਰੂੰਗਾ, ਪ੍ਰੋਫੈਸ਼ਨਲ ਐਡਵਾਈਸ ਲਵੋ, ਵਨ ਟੂ ਵਨ ਤੁਸੀਂ ਵਕੀਲ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੇ ਤੁਹਾਨੂੰ ਖੁਦ ਆਪਣਾ ਮਦਦ ਕਰ ਗਾਈਡ ਕਰ ਸਕਦੇ ਨੇ, ਤੇ ਆਈ ਹੋਪ ਤੁਸੀਂ ਹੈਪੀ ਤੁਹਾਡੇ ਆਨਸਰ ਦੇ ਨਾਲ। ਭਾਜੀ ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦਾ। ਹਾਂ, ਕਿਉਂਕਿ ਟਾਈਮ ਬੜੀ ਫਾਸਟ ਜਾ ਰਿਹਾ, ਅਸੀਂ ਕਾਫੀ ਸਵਾਲ ਜਿਹੜੇ ਕਾਫੀ ਹਾਲ ਵੀ ਚਾਂਸ ਹੈਗਾ, ਤੁਸੀਂ ਕਾਲ ਕਰ ਸਕਦੇ ਹੋ 0208-5714279 ਦੇ ਉੱਪਰ। ਅਸੀਂ ਸਟੂਡੈਂਟ ਦੀ ਗੱਲ ਕਰਦੇ ਸੀ, ਰਿਫੰਡ ਦੀ ਗੱਲ ਕਰ ਰਹੇ ਸੀਗੇ, ਜਿਹਨਾਂ ਦਾ ਪਹਿਲਾਂ ਸਵਾਲ ਆਪਾਂ ਕੀਤਾ ਸੀ ਜਿਹੜਾ ਇੱਕ ਸਟੂਡੈਂਟ ਆਇਆ ਫਿਰ ਉਹਨੂੰ ਹੁਣ ਡਿਟੈਂਸ਼ਨ ਕੈਂਪ ਚ ਹੈ ਬਿਕੋਜ਼ ਇੰਗਲਿਸ਼ ਨਹੀਂ ਅੱਛੀ ਬੋਲਦਾ, ਉਹਦੇ ਹੁਣ ਚਾਂਸਿਸ ਕੀ ਹੋਣਗੇ ਰਿਫੰਡ ਦੇ? ਬਿਕੋਜ਼ ਫਾਲਟ ਤਾਂ ਉਹਦੀ ਹੈ ਨਾ। ਇਟਸ ਅ ਬਿਟ ਟ੍ਰਿਕੀ ਵਨ, ਯੂਨੀਵਰਸਿਟੀ ਨੇ ਵੀ ਉਹਨੂੰ ਐਡਮਿਸ਼ਨ ਦਿੱਤੀ ਹੈ, ਯੂਨੀਵਰਸਿਟੀ ਨੇ ਆਪਣੀ ਅਸੈਸਮੈਂਟ ਕੀਤੀ ਹੋਊਗੀ ਇੰਡੀਆ ਦੇ ਵਿੱਚ, ਯੂਨੀਵਰਸਿਟੀ ਨੇ ਵੀ ਉਹਨੂੰ ਆਪਣੀ ਉਹਨੂੰ ਅਸੈਸਮੈਂਟ ਕਰਕੇ ਉਹਨੂੰ ਆਫਰ ਉਹਨਾਂ ਨੂੰ ਕੈਸ਼ ਇਸ਼ੂ ਕੀਤੀ ਹੈ। ਹੁਣ ਇੱਥੇ ਆ ਕੇ ਜੋ ਨਹੀਂ ਉਹਦੀ ਕੰਪੀਟੈਂਸੀ ਕੀ ਹੋਇਆ ਕੀ ਨਹੀਂ ਹੋਇਆ ਗੋਡ ਨੋਸ, ਤੇ ਫਿਰ ਇੱਥੇ ਇਟਸ ਲਿਟਲ ਟ੍ਰਿਕੀ ਬੋਨ ਵੀ ਕਿੱਦਾਂ ਕੋਈ ਯੂਨੀਵਰਸਿਟੀ ਕਿੱਦਾਂ ਲਓਗੇ ਉਹਨੂੰ। ਪਰ ਇਹ ਵੀ ਗੱਲ ਸੋਚਣ ਵਾਲੀ ਹੈ ਵੀ ਯੂਨੀਵਰਸਿਟੀ ਨੇ ਉਹਨੂੰ ਇੰਡੀਆ ਦੇ ਵਿੱਚ ਇੰਨੀ ਅੱਜ ਕੱਲ੍ਹ ਇੰਨਾ ਇਨਵਾਇਰਮੈਂਟ ਇੰਨਾ ਹੈਗਾ ਟਾਈਟ ਹੈਗਾ, ਫਿਰ ਵੀ ਯੂਨੀਵਰਸਿਟੀ ਨੇ ਜੇ ਉਹਨੂੰ ਦਿੱਤੀ ਹੈਗੀ ਕੋਈ ਨਾ ਕੋਈ ਸੋਚ ਸਮਝ ਕੇ ਦਿੱਤੀ ਹੋਊਗੀ, ਤੇ ਜੇ ਇਸ ਕੇਸ ਦੇ ਵਿੱਚ ਇਟਸ 50-50 ਕੇਸ ਰੀਅਲੀ। ਮੈਂ ਯੂਨੀਵਰਸਿਟੀ ਨੂੰ ਵੀ ਅਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਨੇ ਆਫਰ ਨਹੀਂ ਦਿੱਤੀ, ਉਹਨਾਂ ਨੇ ਜਿਹਦੇ ਵੀਜ਼ਾ ਵੀ ਲੱਗਾ ਉਹਦਾ, ਤੇ ਇਹ ਇੱਥੇ ਆ ਕੇ ਕੀ ਹੋਇਆ ਗੋਡ ਨੋਸ, ਉਹ ਵੀ ਹੁਣ ਸਾਰਾ ਸਵਾਲ ਦੀ ਨਾ ਪਤਾ 100%। ਯਾ ਵੀ ਡੋਂਟ ਨੋ ਦ ਇੰਟਰਨ ਯੂ ਨੋ ਫੁੱਲ ਸਟੋਰੀ ਵੀ ਕੀ ਹੋਇਆ ਹੈਗਾ, ਜਿੱਦਾਂ ਇਹਦੇ ਵਿੱਚ
ਜੇ ਕਿਸੇ ਨੇ ਕੰਸਲਟ ਕਰਨਾ ਆਪਾਂ ਚਲੋ ਜੋ ਵੀ ਕੋਈ ਮੈਨੂੰ ਕੋਈ ਕਾਲ ਕਰੂਗਾ ਮੈਂ ਉਹਨੂੰ ਐਕਸਪਲੇਨ ਕਰ ਦੂੰਗਾ ਵੀ ਕੀ ਹੋ ਸਕਦਾ ਰੀਫੰਡ ਪਾਲਿਸੀ ਦੇ ਉੱਤੇ ਤਾਂ ਬੈਸਟ ਇਸ ਵੇ ਉਸ ਯੂਨੀਵਰਸਿਟੀ ਦੀ ਆਪਣੀ ਰੀਫੰਡ ਪਾਲਿਸੀ ਜਾ ਕੇ ਚੈੱਕ ਕਰਨ ਉਹ ਵੈਬਸਾਈਟ ਦੇ ਉੱਤੇ ਜਾ ਬਿਲਕੁਲ ਭਾਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਹੋਪ ਤੁਸੀਂ ਹੈਪੀ ਵਿਦ ਦੀ ਆਨਸਰ ਇਮੀਗ੍ਰੇਸ਼ਨ ਲਾਅ ਦਾ ਸਾਡੇ ਨਾਲ ਸ਼ੋਅ ਕਰਦੇ ਪਏ ਅਸੀਂ ਇਕਬਾਲਦੀਪ ਦੇ ਨਾਲ 0208-571-4279 ਤੇ ਕਾਲ ਕਰੋ ਥੋੜੇ ਦੋ ਚਾਰ ਮਿੰਟ ਹੋਰ ਹੈਗੇ ਨੇ ਕਾਫੀ ਕੁਐਸਚਨ ਹੈਗੇ ਨੇ ਇਨਫੈਕਟ ਇੱਕ ਮਿੰਟ ਹੀ ਰਹਿ ਰਿਹਾ ਮੈਨੂੰ ਪਤਾ ਦੱਸਿਆ ਗਿਆ ਯੂ ਨੋ ਇੱਕ ਡਿਟੈਂਸ਼ਨ ਕੈਂਪ ਦੇ ਵਿੱਚ ਦੋ ਕੈਟੇਗਰੀ ਦੇ ਬੰਦੇ ਡਿਟੇਨ ਹੋਏ ਨੇ ਇੱਕ ਇੱਕ ਦੇ ਪਾਸ ਕਿਸੇ ਤਰ੍ਹਾਂ ਦਾ ਡਾਕੂਮੈਂਟੇਸ਼ਨ ਨਹੀਂ ਹੈਗੀ ਇੱਕ ਪਾਸ ਉਹਦੇ ਹੈਗੇ ਪਾਸਪੋਰਟ ਵਗੈਰਾ ਤੇ ਉਹਨਾਂ ਦੀ ਕਿਹਦਾ ਚਾਂਸ ਹੈ ਕਿ ਉਹਨੂੰ ਬੇਲ ਮਿਲ ਸਕਦੀ ਹੈ ਇਹ ਡਿਪੈਂਡ ਕਰੇਗਾ ਬੰਦੇ ਦਾ ਕੇਸ ਕਿੱਦਾਂ ਦਾ ਹੈਗਾ ਜਿਹਦੇ ਕੋਲ ਡਾਕੂਮੈਂਟੇਸ਼ਨ ਨਹੀਂ ਹੈਗੀ ਉਹ ਫਿਰ ਉਹ ਕੀ ਕਰਦੇ ਹੈਗੇ ਇੱਥੇ ਉਹ ਡਾਕੂਮੈਂਟੇਸ਼ਨ ਓਬਵੀਅਸਲੀ ਰੈਜ਼ੀਡੈਂਸ ਲੀਜ਼ਿੰਗ ਆਫੀਸਰ ਜਿਹੜਾ ਹੁੰਦਾ ਵਾ ਪਰਟੀਕੁਲਰ ਐਮਬੈਸੀ ਦਾ ਜਿੱਦਾਂ ਫੋਰ ਐਗਜ਼ਾਮਪਲ ਅਸੀਂ ਇੰਡੀਆ ਦੀ ਗੱਲ ਕਰ ਲੈਂਦੇ ਹਾਂ ਇੰਡੀਆ ਦੀ ਐਮਬੈਸੀ ਜਿਹੜੀ ਹੈਗੀ ਉਹਨਾਂ ਦੇ ਰੈਜ਼ੀਡੈਂਸ ਲੀਜ਼ਿੰਗ ਆਫੀਸਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਇਹਨਾਂ ਦੇ ਇੱਥੇ ਦੀ ਗਵਰਨਮੈਂਟ ਉਹਨਾਂ ਨੂੰ ਐਪਲੀਕੇਸ਼ਨ ਕਰਦੀ ਹੈਗੀ ਟਰੈਵਲ ਡਾਕੂਮੈਂਟ ਵਾਸਤੇ ਤੇ ਜਿਹਨਾਂ ਕੋਲ ਟਰੈਵਲ ਡਾਕੂਮੈਂਟ ਜਿਹਨਾਂ ਦੇ ਟਰੈਵਲ ਡਾਕੂਮੈਂਟ ਤੇ ਪ੍ਰੋਸੈਸ ਚੱਲਦਾ ਪਿਆ ਵਾ ਹੁਣ ਇਹ ਡਿਪੈਂਡ ਕਰੇਗਾ ਕਿੰਨਾ ਟਾਈਮ ਲੱਗਣਾ ਕਿੰਨੀ ਉਹਦੀ ਡਿਟੈਂਸ਼ਨ ਆਲਰੇਡੀ ਹੋ ਚੁੱਕੀ ਹੈ ਤੇ ਕਿੰਨਾ ਫੋਰਵਰਡ ਟਾਈਮ ਲੱਗ ਸਕਦਾ ਵਾ ਇਹ ਡਿਪੈਂਡ ਕਰੂਗਾ ਕੇਸ ਟੂ ਕੇਸ ਇਹਦੇ ਬਾਰੇ ਹਰ ਕੇਸ ਇੰਡੀਵਿਜੁਅਲ ਆ ਮੈਂ ਮਾਫੀ ਚਾਹਾਂਗਾ ਫਿਰ ਅਸੀਂ ਸਵਾਲ ਜਵਾਬ ਨੈਕਸਟ ਪ੍ਰੋਗਰਾਮ ਚ ਰੱਖਾਂਗੇ 31st ਨੂੰ ਫਿਰ ਮੁਲਾਕਾਤ ਹੋਗੀ ਤਦ ਤੱਕ ਰੱਬ ਰੱਖਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋਹਣੇ ਹਾਲ ਸਾ